ਮੈਨੂੰ ਸੱਟ ਨਹੀਂ ਲੱਗੀ, ਮੈਂ ਜਿਹੜਾ ਤੁਹਾਨੂੰ ਸੀਜ਼ਨ ਦੱਸਿਆ ਹੈ ਉਹ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਮਤਲਬ ਕਿ ਕੌਣ ਮੇਰੇ ਨਾਲ ਮਦਦ ਕਰਦਾ ਹੈ, ਕੌਣ ਗੇਮ ਦਾ ਕਰਕੇ ਕਰਦਾ, ਕੌਣ ਪੈਸੇ ਕਰਦਾ ਨਾ। ਉਦੋਂ ਚੱਲੀ ਜਾਂਦਾ ਸੀ, ਨਾਮ ਹੀ ਨਹੀਂ ਹੁੰਦੀ ਸੀ ਕਿਸੇ ਨੂੰ, ਕਿਉਂਕਿ ਉਦੋਂ ਕਦੀ ਮਾੜਾ ਹੀ ਨਹੀਂ ਸੀ ਮੈਚ ਲੱਗਦਾ, ਘੱਟ ਲੱਗਦਾ ਸੀ ਮਾੜਾ ਮੈਚ, ਪਤਾ ਹੀ ਨਹੀਂ ਸੀ ਲੱਗਦਾ। ਹਰ ਬੰਦਾ ਪ੍ਰੋਟੋਕੋਲ ਇੰਨਾ ਦਿੰਦਾ ਸੀ, ਅਸੀਂ ਕਿਸੇ ਨੂੰ ਨਾਮ ਹੀ ਨਹੀਂ ਸੀ ਕਰ ਸਕਦੇ ਮੈਚ ਤੋਂ। ਮਤਲਬ ਹੁਣ ਅਲੀਸ਼ਾਨ ਵਰਗੇ ਭਰਾ ਬੰਦਿਆਂ ਨੂੰ ਵੀ ਮੈਨੂੰ ਜਵਾਬ ਦੇਣਾ ਪੈਂਦਾ ਸੀ ਬੰਦਿਆਂ ਦੀ ਖਾਤਰ, ਲੇਕਿਨ ਸੱਟਾ ਚੋਟਾ ਲੱਗਣ ਨਾਲ ਇਹ ਹੋ ਗਿਆ ਵੀ ਪਤਾ ਲੱਗ ਗਿਆ ਵੀ ਜਿਹੜੇ ਮਜ਼ਬੂਰੀ ਹੁੰਦੀ ਸੀ ਵੀ ਯਾਰ ਵੀ ਉਹਨਾਂ ਨੂੰ ਕਿਹੜੇ ਮੂੰਹ ਨਾਲ ਨਾ ਕਹੀਏ, ਕਈ ਐਸੇ ਕੋਚ ਜਿਹਨਾਂ ਨੂੰ ਨਾ ਨਹੀਂ ਕਰ ਸਕਦਾ। ਕਬੱਡੀ ਪਲੇਅਰਾਂ ਨੂੰ ਵੀ ਜਿਹਨਾਂ ਦੇ ਸੱਟ ਚੋਟ ਲੱਗ ਜਾਂਦੀ ਹੈ, ਜਿਹੜਾ ਪਹਿਲਵਾਨ ਬੰਦਾ ਹੁੰਦਾ ਉਹ ਇੰਨੀ ਜਲਦੀ ਖਤਮ ਨਹੀਂ ਹੋ ਸਕਦਾ, ਜਿੰਨੀ ਦੇਰ ਉਹ ਆਪਣੇ ਦਿਲੋਂ ਢੇਰੀ ਨਾਲ ਨਾ ਢਾ ਜਾਵੇ ਉਨੀ ਦੇਰ ਉਹਨੂੰ ਕੁਛ ਨਹੀਂ ਹੋ ਸਕਦਾ। ਉਹ ਜਦੋਂ ਵੀ ਮਿਹਨਤ ਕਰੇ ਉਹ ਕਾਇਮ ਹੀ ਕਾਇਮ। ਮੈਂ ਬੜੇ ਬੰਦੇ ਤੁਹਾਨੂੰ ਦਿਖਾ ਸਕਦਾ ਜਿਹੜੇ ਦੋ ਦੋ ਸਾਲ ਬਾਅਦ ਦੁਬਾਰਾ ਆਏ ਆ ਬਾਬਾ ਜੀ, ਉਹਨਾਂ ਨੂੰ ਬੰਦੇ ਮਤਲਬ ਫੜਨ ਨੂੰ ਤਰ ਜਾਂਦੇ। ਫਿਰ ਵਿਕਾਸ ਬੱਟ ਆਇਆ ਸਾਡਾ, ਨਫੀਸ ਮੁੰਡਾ ਇਹਦੇ ਸੱਟ ਲੱਗ ਗਈ ਸੀ, ਹੋਰ ਕਈ ਬੰਦੇ ਅਲੀਸ਼ਾਨ ਹੈ ਵੀ ਪੈਪ ਹੁੰਦੇ ਰਹੇ ਇੰਡੀਆ ਦੇ ਵਿੱਚ, ਇਕੱਲੇ ਇਲਾਮਬਾਦ ਬੱਟ ਨਹੀਂ ਜਾਂਦਾ ਰਿਹਾ, ਸਾਡੀ ਟੀਮ 50-50 ਨੰਬਰਾਂ ਤੋਂ ਹਰੀ, ਉਹ ਬੰਦਾ ਟੀਮ ਲੈ ਕੇ ਜਾਂਦਾ ਰਿਹਾ। ਮਤਲਬ ਜੇਨ ਦੀ ਗੱਲ ਹੁੰਦੀ ਨਾ, ਉਹਨੇ ਮੁੰਡਿਆਂ ਨੂੰ ਐਸੀ ਗੱਲਬਾਤ ਸੁਣਾਈ, ਮੈਨੂੰ ਮੁੰਡਿਆਂ ਨੇ ਦੱਸਿਆ ਕਿ ਭਾਈ ਨੇ ਸਾਨੂੰ ਕੀ ਕਿਹਾ, ਤਾਂ ਹੀ ਬੰਦੇ ਨੂੰ ਪਤਾ ਲੱਗਦਾ ਨਾ ਹੋਰ ਉਹ ਕਿਹੜਾ ਸਾਡਾ ਰਿਸ਼ਤੇਦਾਰ ਸੀ, ਉਹਦੀ ਦੇਖਾ ਕਰੀਏ। ਹਾਲਾਂਕਿ ਅਸੀਂ ਉਹਦੇ ਲੋਕ ਮੈਚ ਵੀ ਨਹੀਂ ਇੰਨੇ ਖੇਡਦੇ, ਲੇਕਿਨ ਉਹਨੇ ਦੋਵੇਂ ਵਾਰੀ ਟੀਮ ਪਾਕਿਸਤਾਨ ਦੀ ਲੜਾਈ, ਉਹਨੇ ਬਹੁਤ ਵਧੀਆ ਰਿਜ਼ਲਟ ਆਇਆ, ਚਲੋ ਟੀਮ ਹਾਰ ਗਈ ਲੇਕਿਨ ਕੋਈ ਮੈਚ ਤਾਂ ਹੋਇਆ ਨਾ, ਵਾਹ ਨੇ ਮਜ਼ਾ ਤਾਂ ਲਿਆ। ਕੋਈ ਗੱਲ ਨਹੀਂ, ਇਹ ਕਲੱਬ ਕਦੋਂ ਕੁ ਬਣਿਆ? ਇਹ ਕਲੱਬ ਬੜੀ ਦੇਰ ਤੋਂ ਜੀ, ਮੈਂ ਜਦੋਂ ਤੋਂ ਆਉਂਦਾ ਵਾਂ ਉਦੋਂ ਤੋਂ ਹੀ, ਮੈਂ 2009 'ਚ ਪਹਿਲੀ ਵਾਰੀ ਇੱਥੇ ਆਉਣ ਲੱਗਾ ਸੀ, ਉਦੋਂ ਤੋਂ ਕਲੱਬ ਬੜਾ। ਪਲੇਅਰ 3-4 ਹੀ ਹੈ ਜੀ ਜਿਹੜੇ ਆਪਣੇ ਪਲੇਅਰ ਜੀ, ਉਹਨਾਂ ਨੂੰ ਜਿੱਦਾਂ ਬੰਦਾ ਕਹਿੰਦਾ ਨਹੀਂ ਕੰਨੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਓ, ਉਹਨਾਂ ਹੀ ਉਕਾਸ ਗੁੱਜਰ ਹੈ, ਸਾਜਾ ਗੁੱਜਰ ਹੈ, ਵੀ ਮਤਲਬ ਆਪਣੀ ਟੀਮ ਵੀ ਹੈ, ਲੇਕਿਨ ਬਸ ਆਵਾਮ ਦੀ ਨਜ਼ਰ ਕਸ਼ਮਕਸ਼ ਪੈ ਗਈ। ਮਤਲਬ ਲਾਗੇ ਸੀ ਉਹ ਵੀ ਟੀਮ ਚੰਗੀ ਸੀ, ਸਾਡੀ ਵੀ ਚੰਗੀ ਸੀ, ਇਸ ਵਜ੍ਹਾ ਤੋਂ ਥੋੜ੍ਹਾ ਜ਼ਰਾ ਸਾਡਾ ਉਹਨਾਂ ਇੰਟਰਟੇਨਮੈਂਟ ਹੋ ਜਾਂਦਾ ਸੀ, ਹੋਰ ਐਸੀ ਕੋਈ ਗੱਲ ਨਹੀਂ। ਉਸ ਕਾਫੀ ਮੁੰਡੇ ਆ, ਮਤਲਬ ਭਾਈ ਮੁਸ਼ਰਫ ਹੈ, ਫਿਰ ਜਫਰ ਚੈਨੀ ਆ, ਸ਼ਾਨੀ ਬਸਰਾ ਵਾ, ਕਮਰ ਬੱਟ ਆ, ਇਹ ਜਾਫੀ ਮੈਨੂੰ ਪਸੰਦ ਆ ਕਿਉਂਕਿ ਖੁਦ ਮੈਨੂੰ ਟਫ ਟਾਈਮ ਦਿੰਦੇ ਰਹੇ, ਅਤੇ ਮੈਨੂੰ ਤਾਂ ਉਹੀ ਪਸੰਦ ਆਉਣਾ ਜਿਹੜਾ ਮਤਲਬ ਸਾਨੂੰ ਵੀ ਤੰਗ ਕਰੇ, ਵੀ ਇੰਜ ਦੇ ਜਾਫੀ ਮੈਨੂੰ ਪਸੰਦ ਆ, ਜਫਰ ਚੈਨੀ ਵਰਗੇ, ਕਮਰ ਬੱਟ ਵਰਗੇ, ਜਿਹੜੇ ਮਤਲਬ ਬੰਦੇ ਦਾ ਜ਼ੋਰ ਕਰਾਉਣ ਵੀ ਬੰਦਾ ਅਗਲੀ ਰੇਡ ਪਾਉਣ ਜਾਵੇ, ਅਤੇ ਬੰਦੇ ਨੂੰ ਥੋੜ੍ਹਾ ਜਿਹਾ ਤੰਗੀ ਲੱਗੇ ਵੀ ਨਹੀਂ ਯਾਰ, ਪਹਿਲੇ ਉਹ ਲੱਗਾ ਉਹਨੇ ਬੜੀ ਮੱਤ ਮਾਰਦੀ। ਹੋਰ ਵੀ ਬਥੇਰੇ ਚੰਗੇ ਆ, ਲੱਤਾਂ ਲੁੱਤਾਂ ਵਾਲੇ ਜਾਫੀ ਹੈ, ਉਹ ਜਿਹੜਾ ਬੰਦੇ ਦੇ ਨਾ ਉਸ ਹਿਸਾਬ ਨਾਲ ਮਾਤਰੀ ਮਾਰਦੇ, ਜਿੱਦਾਂ ਮਤਲਬ ਅੱਗੇ ਹੋ ਗਏ ਜਿੱਦਾਂ ਭਾਈ ਮੁਸ਼ਰਫ ਹੈ, ਜਫਰ ਚੈਨੀ ਆ, ਸ਼ਾਨੀ ਬਸਰਾ ਵਾ, ਇਹ ਜਾਫੀ ਆਪਾਂ ਨੂੰ ਇੱਦਾਂ ਦੇ ਪਸੰਦ ਆ ਭਾਈ। ਹਾਂਜੀ, ਅਸਲਾਮ ਵਾਲੇਕਮ, ਮੈਂ ਤੁਹਾਡਾ ਵੀਰ ਰਾਜਵ ਸਿੰਘ। ਅਸੀਂ ਅੱਜ ਸਮੁੰਦਰੀ ਫਖਰੇ ਪਾਕਿਸਤਾਨ ਔਰ ਫਖਰੇ ਸਮੁੰਦਰੀ ਗਰਾਊਂਡ ਦੇ ਵਿੱਚ ਆਏ ਹਾਂ, ਅਤੇ ਸਾਡੇ ਵੀਰ ਨੇ ਰਾਣਾ ਅਤੁਲ ਸਾਹਿਬ ਔਰ ਨਾਲ ਨੇ ਭਾਈ ਵਹੀਦ ਸਾਹਿਬ। ਅਸਲਾਮ ਵਾਲੇਕਮ। ਵਾਲੇਕੁਮ ਸਲਾਮ, ਕੀ ਹਾਲ ਠੀਕ? ਔਰ ਤੁਸੀਂ ਭਾਈ ਵੀਰ ਠੀਕ ਠਾਕ? ਸ਼ੁਕਰ ਅੱਲਾ ਤਾਲਾ। ਅਤੇ ਇਹ ਮਾਸ਼ਾਅੱਲਾ ਨਾ ਸਾਡੇ ਫਖਰੇ ਸਮੁੰਦਰੀ ਕਲੱਬ ਦੀ ਸੁਪਰ ਸਟਾਰ ਰੇਡਰ ਜੋੜੀ ਆ, ਇਹ ਜਿਹੜੇ ਅੱਜ ਦੋ ਅਸੀਂ ਤੁਹਾਡੇ ਨਾਲ ਸੁਪਰ ਸਟਾਰ ਪਲੇਅਰਾਂ ਦੇ ਨਾਲ ਦੋਵਾਂ ਨਾਲ ਮੁਤਾਰਫ ਕਰਾਵਾਂਗੇ ਇਨਸ਼ਾਅੱਲਾ ਤਾਲਾ, ਅਤੇ ਵਧੀਆ ਵਧੀਆ ਗੱਲਾਂ ਅਤੇ ਕਬੱਡੀ ਦੇ ਹਵਾਲੇ ਨਾਲ ਅਤੇ ਆਪਣੀ ਲਾਈਫ ਕੈਸੀ ਗੁਜ਼ਰੀ ਅਤੇ ਗੇਮ ਕੈਸੀ ਗੁਜ਼ਰੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਨਸ਼ਾਅੱਲਾ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਅਤੇ ਹੋਰ ਸਵਾਲ ਨਾਲ ਸਰ? ਹਾਂਜੀ ਠੀਕ ਹੈ ਜੀ। ਤੁਸੀਂ ਭਾਈ ਵੀਰ ਠੀਕ ਠਾਕ? ਅਤੇ ਅੱਛਾ ਭਾਈ, ਆਪ ਭਾਈ ਤੁਸੀਂ ਦੱਸੋ, ਕਬੱਡੀ ਦਾ ਆਗਾਜ਼ ਅਤੇ ਕਬੱਡੀ ਦਾ ਸ਼ੌਕ ਸੇਮ ਭਾਈ, ਤੁਹਾਨੂੰ ਪਤਾ ਜੀ ਆਪਣੇ ਪਿੰਡਾਂ ਦੀ ਮਨਪਸੰਦ ਖੇਡ ਆ, ਇਹ ਸ਼ੁਰੂ ਤੋਂ ਹੀ ਪ੍ਰਾਇਮਰੀ ਸਕੂਲ ਦੇ ਆਪਾਂ ਖੇਡਦੇ ਜੀ। ਹਾਂਜੀ, ਬਸ 5ਵੀਂ 6ਵੀਂ ਕਲਾਸ ਤੋਂ ਹੀ ਸ਼ੌਕ ਆ। ਹਾਂਜੀ, ਉਦੋਂ ਤੋਂ ਹੀ ਖੇਡਦੇ ਆ ਰਹੇ ਹਾਂ, ਫਿਰ 2010 'ਚ ਭਰਤੀ ਹੋ ਗਏ, ਇਹ ਵੀ 11-12 'ਚ ਫਿਰ ਆਪਾਂ ਵਧੀਆ ਮੈਚ ਖੇਡਣ ਲੱਗ ਗਏ ਸੀ, ਵੈਸੇ ਸ਼ੌਕ ਬਚਪਨ ਤੋਂ ਹੀ ਸੀ। ਆਪਣਾ ਪਿੰਡ ਕਿਹੜਾ? ਆਪਣਾ ਇਹ ਆਪਣਾ ਪਿੰਡ ਆ ਜੀ, 400 ਪਹਿਲੇ ਆਪਾਂ ਆਪਣੇ ਮਾਮਿਆਂ ਕੋਲ ਰਹਿੰਦੇ ਹੁੰਦੇ ਸੀ, ਟੋਂਬੇ 150 ਜੰਗੂ ਵਾਲੇ, 150 ਜੰਗੂ। ਹਾਂਜੀ, ਉੱਥੇ ਪੜ੍ਹਦੇ ਰਹੇ ਮੈਟ੍ਰਿਕ ਤੱਕ, ਫਿਰ ਇੱਥੇ ਸਮੁੰਦਰੀ ਆ ਗਏ। ਅਤੇ ਸ਼ੌਕ ਉੱਥੋਂ ਹੀ ਸੀ? ਹਾਂਜੀ, ਉੱਥੇ ਹੀ ਪ੍ਰਾਇਮਰੀ ਸਕੂਲ ਤੋਂ, ਉੱਥੇ ਹੀ ਸੀ। ਹਾਂਜੀ, ਅਤੇ ਖਾਨਦਾਨ ਦੇ ਵਿੱਚ ਖੇਡਦਾ ਸੀ ਪਹਿਲੇ ਕਬੱਡੀ? ਨਹੀਂ, ਕਬੱਡੀ ਤਾਂ ਨਹੀਂ ਸੀ ਖੇਡਦੇ ਹੁੰਦਾ, ਮੇਰਾ ਤਾਇਆ ਜਾਨ ਸੀਗਾ ਜੀ, ਉਹ ਵੀ ਪਾਕਿਸਤਾਨ ਆਰਮੀ 'ਚ ਸੀ, 2 ਬਲੋ 'ਚ। ਹਾਂਜੀ, ਉਹ ਬਸ ਪਲੇਅਰ ਬਲੋ ਸੀ, ਉਹ ਤਕਰੀਬਨ ਕਾਫੀ ਜ਼ਿਆਦਾ ਗੇਮਾਂ ਕਰਦੇ ਰਹੇ, ਕਬੱਡੀ ਵੀ ਖੇਡ ਲੈਂਦੇ ਰਹੇ, ਕੁਸ਼ਤੀ ਵੀ, ਫੁੱਟਬਾਲ ਵੀ, ਸਵੀਮਿੰਗ ਦੇ ਬਹੁਤ ਇੰਟਰਨੈਸ਼ਨਲ ਪਲੇਅਰ ਹੋਏ, ਬਸ ਆਪਣੇ ਖਾਨਦਾਨ 'ਚ ਉਹ ਹੀ ਸੀ ਬਸ ਜੀ, ਉਹਨਾਂ ਤੋਂ ਬਾਅਦ ਮੈਂ ਖੇਡਿਆ ਜੀ। ਅਤੇ ਆਪਾਂ ਨੂੰ ਸ਼ੌਕ ਉੱਧਰ ਹੀ ਮਿਲਿਆ ਫਿਰ? ਇਹੀ ਸਮਝ ਲਓ ਜੀ, ਉਹਨਾਂ ਦਾ ਹੀ, ਉਹਨਾਂ ਦੀ ਵਜ੍ਹਾ ਤੋਂ ਹੀ। ਮੈਟ੍ਰਿਕ ਇੱਥੇ ਕੀਤੀ ਉੱਥੇ ਕੀਤੀ? ਮੈਟ੍ਰਿਕ ਤਾਂ ਕੀਤੀ ਨਹੀਂ ਵਸੀਮ ਭਾਈ, ਫਿਰ ਤੁਹਾਨੂੰ ਪਤਾ ਕਬੱਡੀ ਬੰਦਾ ਘੱਟ ਹੀ ਪੜਿਆ ਨਿਸ਼ਾਨੀ ਜਾਂਦਾ ਜੀ, ਕਬੱਡੀ ਦੇ ਸਿਰ 'ਤੇ ਜਿਹੜੀਆਂ ਕੋਈ 7-8 ਹੋ ਗਈਆਂ, ਉਹ ਵੀ ਗੇਮ ਦੀ ਵਜ੍ਹਾ ਤੋਂ ਹੀ ਪਾਸ ਪੂਸ ਹੋ ਗਏ, ਨਹੀਂ ਤਾਂ ਆਪਾਂ ਨੂੰ ਤਾਂ ਘੱਟ ਹੀ ਜਾਂਦਾ ਸੀ। ਅਤੇ ਕਿਹੜੇ ਸਾਲ 'ਚ ਫਿਰ ਭਰਤੀ ਹੋਇਆ?
ਮੈਂ 2010 ਚ ਜੀ ਹਾਂਜੀ ਇਹ ਆਰਮੀ ਚ ਹਾਂਜੀ ਆਰਮੀ ਚ ਕਿਹੜੇ ਆਪਾਂ ਕਿਹੜੇ ਉਹ ਕੀ ਕਹਿੰਦੇ ਆ ਆਪਣੀ ਯੂਨਿਟ ਕਿਹੜੀ ਚ ਮੇਰੀ ਯੂਨਿਟ 47 ਹੈ ਵੀ ਹਾਂਜੀ ਤੁਸੀਂ ਭਾਈ ਬਾਈ ਤੁਸੀਂ ਸੁਣਾਓ ਤੁਸੀਂ ਰੋਟੀ ਟਾਇਲ ਆਉਂਦੇ ਨੇ ਭਾਈ ਜੀ ਤੁਸੀਂ ਭਾਈ ਕਿਹੜੇ ਸਾਲ ਤੋਂ ਕਬੱਡੀ ਦਾ ਗਾ ਮੈਂ 2005 ਚ ਬਾਈ ਸ਼ੁਰੂ ਕੀਤਾ ਤੇ ਆਪਣਾ ਬੇਸਿਕਲ ਜਿਹੜਾ ਪਿੰਡ ਆ 468 ਇੱਥੇ ਸ਼ੁਰੂ ਕੀਤੀ ਪਹਿਲਾਂ ਮੈਂ ਸਤਾਦਾ ਕੋ ਜਾਂਦਾ ਰਿਹਾ ਸਟਾਰ ਬਾਜ਼ਾਰ ਕੋ 13 ਚ ਇਹਨਾਂ ਇੰਨੀ ਕਬੱਡੀ ਪਾਪੂਲਰ ਨਹੀਂ ਸੀ ਯਾਰੀ ਉੱਥੋਂ ਤੋਂ ਇੰਨੀ ਸ਼ੁਰੂ ਕੀਤੀ ਬਾਬਾ ਜੀ ਨੂੰ ਉਹਨਾਂ ਨੇ ਮੈਨੂੰ ਤੰਗ ਰਹਿ ਦਿੱਤਾ ਫਿਰ ਬਾਬਾ ਜੀ ਇੱਥੇ ਆ ਗਏ ਫਿਰ ਇੱਥੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਮਾਸ਼ਾ ਅੱਲਾ ਫਿਰ ਇੱਥੇ ਹੀ ਰਹੇ ਫਿਰ ਗਰਾਊਂਡ ਨਾਲ ਸਤਾਦ ਆਪਣਾ ਸਤਾਦਰ ਬਾਜ਼ਾਰ ਉੱਪਰ ਜਾਣਾ ਹੀ ਆ ਹਾਂਜੀ ਅਤੇ ਆਪਣਾ ਸਤਾਦ ਹਾਂਜੀ ਉਹੀ ਜੀ ਸਾਡੇ ਸਾਰਿਆਂ ਦਾ ਸਾਜੇ ਉਹਨਾਂ ਦਾ ਨਫੀਸ ਉਹਨਾਂ ਦਾ ਉਹੀ ਹੈ ਜੀ ਜਦੋਂ ਤੋਂ ਬਾਬੇ ਕੋਈ ਮਿਹਨਤ ਕਰਦੇ ਆ ਉਦੋਂ ਤੋਂ ਲੈ ਕੇ ਆਏ ਨੇ ਦਿਨ ਤੱਕ ਤੁਹਾਨੂੰ ਪਤਾ ਜੀ ਤੁਸੀਂ ਸਾਡੇ ਲਾਗੇ ਤਾਂ ਰਹਿਣਾ ਆਉਂਦੇ ਜਾਂਦੇ ਰਹਿੰਦੇ ਇਹੀ ਸਾਡਾ ਕੋਚ ਹੈ ਜੀ ਕਦੀ ਨਹੀਂ ਕੋਈ ਬਦਲਿਆ ਬੁਦਲਿਆ ਨਾ ਕੋਈ ਨਾਰਾਜ਼ਗੀ ਨਾ ਕੋਈ ਮਸਲਾ ਕੋਈ ਨਹੀਂ ਅੱਜ ਕੱਲ੍ਹ ਉਸਤਾਦ ਹੋਣੀ ਉਮਰੇ ਦੇ ਗਏ ਮਾਸ਼ਾ 5 ਤਰੀਕ ਨੂੰ ਆਉਂਦੇ ਆਏ ਨੂੰ ਅਤੇ ਆਪਾਂ ਹੁਣ ਤੱਕ ਕਿੰਨੀਆਂ ਨੈਸ਼ਨਲ ਖੇਡੀਆਂ ਨੈਸ਼ਨਲ ਖੇਡੀਆਂ ਕੋਈ 5-6 ਨੈਸ਼ਨਲ ਖੇਡੀਆਂ ਵਾ ਫਿਰ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਹੁੰਦੇ ਆ ਮਤਲਬ ਜਿੱਦਾਂ ਗੋਲਡ ਕੱਪ ਕਹਿ ਲਓ ਜਾਂ ਨਿਸ਼ਾਨੇ ਹੈਦਰ ਇੱਦਾਂ ਦੇ ਟੂਰਨਾਮੈਂਟ ਪਾ ਪਊਗੇ ਆਪਾਂ ਕੋਈ 10-12 ਖੇਡੇ ਆਰਮੀ ਵੱਲੋਂ ਹਾਂਜੀ ਸਰਕਾਰੀ ਹਾਂਜੀ ਸਰਕਾਰੀ ਮੈਨ ਅਤੇ ਸਕੂਲ ਲੈਵਲ 'ਤੇ ਵੀ ਖੇਡਦੇ ਰਹੇ ਹਾਂਜੀ ਸਕੂਲ ਲੈਵਲ 'ਤੇ ਖੇਡਦੇ ਇੱਥੇ ਸਕੂਲ ਆਪਣੇ ਸਮੁੰਦਰੀ ਵੱਲੋਂ ਖੇਡਦੇ ਰਹੇ ਹਾਂਜੀ ਸਕੂਲ ਲੈਵਲ 'ਤੇ ਵੀ ਵਧੀਆ ਮੈਚ ਖੇਡਦੇ ਰਹੇ ਫਿਰ ਹੌਲੀ ਹੌਲੀ ਆਗਾਜ਼ ਹੋ ਗਿਆ ਹਾਂਜੀ ਫਿਰ ਇੱਦਾਂ ਹੀ ਤੁਹਾਨੂੰ ਪਤਾ ਹੌਲੀ ਹੌਲੀ ਜੀ ਅਤੇ ਏਮ ਪੜ੍ਹ ਕੇ ਤੂੰ ਆ ਜਾ ਤੂੰ ਮੈਂ ਵਗਲਾ ਨਰਵਸ ਪ੍ਰੈਸ਼ਰ ਕਰਨਾ ਕੋਈ ਗੱਲ ਨਹੀਂ ਹਾਂ ਅਤੇ ਇਹ ਕਲੱਬ ਕਦੋਂ ਕੁ ਬਣਿਆ ਇਹ ਕਲੱਬ ਬੜੀ ਦੇਰ ਤੋਂ ਜੀ ਮੈਂ ਜਦੋਂ ਤੋਂ ਆਉਂਦਾ ਵਾਂ ਉਦੋਂ ਤੋਂ ਹੀ ਮੈਂ 2009 'ਚ ਪਹਿਲੀ ਵਾਰ ਇੱਥੇ ਆਉਣ ਲੱਗਾ ਸੀ ਉਦੋਂ ਤੋਂ ਕਲੱਬ ਬਣਿਆ ਹੀ ਹੈ ਜੀ ਉਦੋਂ ਤੋਂ ਸਾਥ ਜਾਂਦਾ ਹੀ ਆ ਉਹ ਇੱਥੇ ਮਿਹਨਤ ਕਰਾਉਂਦਾ ਜੀ ਉਦੋਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਉਹੀ ਨੇ ਉਹਨੇ ਹੀ ਕਰਾਏ ਆ ਜੀ ਹਾਂਜੀ ਅਤੇ ਵਿਲੇਜ ਸਿਸਟਮ ਪਹਿਲੇ ਖੇਡਦੇ ਰਹੇ ਪਿੰਡਾਂ ਦੇ ਖੇਡਦੇ ਰਹੇ ਵਿਲੇਜ ਸਿਸਟਮ ਪਹਿਲੇ ਬਹੁਤ ਹੁੰਦੇ ਸੀ ਉਹਨਾਂ ਤੋਂ ਹੀ ਪਾਪੂਲਰ ਹੋਏ ਹੋਰ ਅਸੀਂ ਕਿਹੜਾ ਡਾਇਰੈਕਟ ਹੀ ਓਪਨ ਮੈਚ ਜੀ ਲਾਉਣ ਲੱਗ ਗਏ ਸੀ ਪਹਿਲੇ ਪਿੰਡਾਂ ਥਾਵਾਂ 'ਤੇ ਹੁੰਦੇ ਸੀ ਇੱਕ ਇੱਕ ਮੁੰਡਾ ਪਾਉਣ ਹੁੰਦਾ ਸੀ ਓਪਨ ਉਹੀ ਮੈਚ ਖੇਡੇ ਖੁੱਡੇ ਪਹਿਲੇ ਹੁਣ ਤਾਂ ਉਹ ਹੁੰਦੇ ਨਹੀਂ ਉਹਦੀ ਵਜ੍ਹਾ ਤੋਂ ਹੀ ਆਪਾਂ ਮਾੜੇ ਮੋਟੇ ਜਾਣਨ ਲੱਗੇ ਲੋਕ ਤਾਂ ਸਾਨੂੰ ਇੱਥੇ ਕਿੰਨੇ ਪਛਾਣਨਾ ਸੀ ਡਾਇਰੈਕਟ ਕੋਈ ਵੀ ਨਹੀਂ ਓਪਨ ਮੈਚ ਖੇਡਦਾ ਪਹਿਲੇ ਆਪਣੇ ਪਿੰਡਾਂ ਨੂੰ ਖੇਡਣੇ ਪੈਂਦੇ ਹਾਂਜੀ ਤੁਸੀਂ ਭਾਈ ਵੀ ਸਰ ਤੁਸੀਂ ਸੁਣਾਓ ਤੁਸੀਂ ਵੀ ਕਬੱਡੀ ਦਾ ਆਗਾਜ਼ ਕੀਤਾ ਆਪਣੇ ਪਿੰਡ ਤੋਂ ਫਿਰ ਬਾਬੇ ਕੋਲ ਟ੍ਰੇਨਿੰਗ ਕੀਤੀ ਫਿਰ ਗਰਾਊਂਡ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਦਾ ਵੀ ਮਿਲਿੰਗ ਦੇ ਮੈਚਾਂ 'ਚ ਕਿੰਨਾ ਮਜ਼ਾ ਆਉਂਦਾ ਸੀ ਜਾਂ ਓਪਨ ਮੈਚ 'ਚ ਤੁਹਾਨੂੰ ਕਿੰਨਾ ਮਜ਼ਾ ਆਉਂਦਾ ਭਾਅ ਜੀ ਇਹਨਾਂ ਸਿਸਟਮ ਇੱਦਾਂ ਦੀ ਜਾ ਰਹੀ ਸੀ ਮੈਂ ਅਸੀਂ ਇਹਨਾਂ ਵਿਲੇਜ ਸਿਸਟਮ 'ਤੇ ਬੜੀ ਕੁੱਟ ਖਾਧੀ ਨਾ ਸਾਡੇ ਕੋਲ ਯਾਨੀ ਕਿ ਆਤਿਫ ਲੇਟ ਆਇਆ ਯਾਨੀ ਕਿ ਥੋੜ੍ਹਾ ਇਹਨਾਂ ਸਾਡੇ ਕੋਲ ਜਦੋਂ ਇਹ ਆ ਗਿਆ ਮੈਂ ਭਾਈ ਸਰਨਾਮ ਸਿੰਘ ਆਸਤਾ ਆਸਤਾ 'ਤੇ ਜਦੋਂ ਅਸੀਂ ਫਿੱਟ ਹੋ ਗਏ ਦੋਵੇਂ ਜਾਣੇ ਫਿਰ ਤੀਸਰਾ ਹੱਥ ਫੜ ਗਿਆ ਨਾਲ ਸਾਡੇ ਫਿਰ ਅਸੀਂ ਵਿਲੇਜ ਸਿਸਟਮ 'ਤੇ ਟੂਰਨਾਮੈਂਟ ਕੋਈ ਨਹੀਂ ਛੱਡੇ ਅਸੀਂ ਇੱਥੋਂ ਲੈ ਕੇ ਜੋ ਸ਼ੋਰਕੁੱਟ ਪੀਰ ਮਾਰ ਸਾਰਾ ਕੁਝ ਹੀ ਅਸੀਂ ਨਾ ਵਿਲੇਜ ਸਿਸਟਮ 'ਤੇ ਗਾ ਛੱਡਿਆ ਤੁਹਾਡੇ ਕੋਲ ਸਟਾਫ ਨਾਲ ਕਿਹੜੀ ਸੀ ਜੀ ਉਦੋਂ ਸੀਗੇ ਮੁਬਸ਼ਰ ਸੀਗਾ ਨਫੀਸ ਸੀਗਾ ਇੱਕ ਭਾਈ ਸਾਹਿਬ ਆ ਸਾਡਾ ਇੱਕ ਕਮਰ ਇੱਕ ਬਸਪੂਰ ਸਿੰਘ ਲੜਕਾ ਦਾ ਕੋ ਦੋ ਤਿੰਨ ਮੁੰਡੇ ਨੂੰ ਪੁਰਾਣੇ ਉਹ ਛੱਡ ਗਏ ਜਿੱਦਾਂ ਭਾਈ ਸਾਹਿਬ ਆ ਕਮਰ ਹੋਣੀ ਉਹ ਕਮਰ ਹੈ ਬੱਟੂ ਆ ਮੁੰਡਾ ਉਹ ਛੱਡ ਗਏ ਮੀਆਂ ਦੇ ਤੁਹਾਨੂੰ ਪਤਾ ਗੋਡੇ 'ਤੇ 60-60 ਲੱਗ ਗਏ ਉਹ ਵੀ ਮੁੰਡੇ ਬਾਅਦ ਨਫੀਸ ਹੀ ਹੈ ਸਾਡੇ ਕੋਲ ਬਾਕੀ ਤਕਰੀਬਨ ਸਾਰੇ ਮੁੰਡੇ ਮਿਲਦੇ ਕੋਈ ਕੰਮਾਂ ਦਾ ਲੱਗ ਗਿਆ ਹਾਂਜੀ ਬਸ ਬਣ ਗਈ ਲੋਕਾਂ ਦੀ ਇੰਟਰਟੇਨਮੈਂਟ ਵੈਸੇ ਐਸੀ ਕੋਈ ਗੱਲ ਨੀ ਸਾਡਾ ਸਭ ਤੋਂ ਜ਼ਿਆਦਾ ਪਿਆਰ ਵੀ ਠੱਤਾਂ ਦੀ ਟੀਮ ਨਾਲ ਹੀ ਆ ਸਾਡੇ ਕੋਲ ਬਾਅਦ ਪਲੇਅਰ 3-4 ਹੀ ਹੈ ਜਿਹੜੇ ਆਪਣੇ ਪਲੇਅਰ ਜਿਹਨਾਂ ਨੂੰ ਜਿੱਦਾਂ ਬੰਦਾ ਕਹਿੰਦਾ ਨੀ ਗੰਦੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਓ ਉਹਨਾਂ ਹੀ ਉਗਾਸ ਗੁੱਜਰ ਹੈ ਸਾਜਾ ਗੁੱਜਰ ਹੈ ਵੀ ਮਤਲਬ ਆਪਣੀ ਟੀਮ ਵੀ ਹੈ ਲੇਕਿਨ ਬਸ ਆਵਾਮ ਦੀ ਨਜ਼ਰ ਕਸ਼ਮਾ ਕਸ਼ ਪੈ ਗਈ ਪਤਾ ਲੱਗ ਕੇ ਉਹ ਵੀ ਟੀਮ ਚੰਗੀ ਸੀ ਸਾਡੀ ਵੀ ਚੰਗੀ ਸੀ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਸਾਡਾ ਉਹਨਾਂ ਨੂੰ ਇੰਟਰਟੇਨਮੈਂਟ ਹੋ ਜਾਂਦਾ ਸੀ ਹੋਰ ਐਸੀ ਕੋਈ ਗੱਲ ਨਹੀਂ ਉਹ ਸਾਡੀ ਸਭ ਤੋਂ ਖਾਸ ਟੀਮ ਹੈ ਤੁਹਾਨੂੰ ਦੱਸ ਦਾਂਗੇ ਵੀ ਦੋ ਤਿੰਨ ਹੀ ਸਾਡੇ ਕੋਲ ਐਸੇ ਬੰਦੇ ਆ ਜਿਹੜੇ ਸਾਡੇ ਭਰਾ ਬੰਦਰ ਆ ਉਹਨਾਂ ਨੂੰ ਜਿੱਥੇ ਮਰਜ਼ੀ ਲੈ ਆਈਏ ਕੋਈ ਚੱਕਰ ਨਹੀਂ ਹੁੰਦਾ ਹਾਂਜੀ ਲੋਕਾਂ ਨੂੰ ਵੀ ਨਾ ਕਬੱਡੀ ਨਾਲ ਦਿਲਚਸਪੀ ਹੁੰਦੀ ਆ ਵੀ ਮੈਚ ਚੰਗਾ ਹੋਵੇ ਤੁਹਾਡੀਆਂ ਦੋ ਕਲੱਬਾਂ ਜਦੋਂ ਪੋਸਟ ਜਾਂ ਬੈਨਰ ਬਣਦਾ ਵਾ ਅਤੇ ਲੋਕਾਂ ਨੂੰ ਇੱਕ ਨਾ ਵੱਖਰਾ ਇਹ ਜਨੂਨ ਜਿਹਾ ਮਜ਼ਾ ਆਉਂਦਾ ਵੀ ਅੱਜ ਮੈਚ ਉਹਦੀ ਵਜ੍ਹਾ ਕੁਛ ਇਹ ਵੀ ਵਸੀਮ ਭਾਈ ਤੁਹਾਨੂੰ ਪਤਾ ਮੈਚ ਲੋਕ ਰਲ ਮਿਲ ਕੇ ਵੀ ਖੇਡ ਲੈਂਦੇ ਆ ਜਿਹੜੀਆਂ ਇਹ ਦੋ ਟੀਮਾਂ ਨਾ ਜੀ ਮੈਂ ਨਹੀਂ ਜ਼ਿੰਦਗੀ ਸੋਚ ਸਕਦਾ ਕਿ ਇਹਨਾਂ ਦਾ ਮੈਚ ਰਲ ਕੇ ਨਹੀਂ ਹੋ ਸਕਦਾ ਕਿ ਇਹ ਜੇ 60,000 ਦਾ ਨਾਮ ਆ ਨਾ ਕਿਤੇ ਅਤੇ ਕਹਿੰਦੇ ਵੀ 40,000 ਜੇਬ 'ਚੋਂ ਵੀ ਲਾ ਦਈਏ ਮਤਲਬ 1,00,000 ਸਾਡਾ ਖਰਚਾ ਹੋ ਜਾਵੇ ਲੇਕਿਨ ਮੈਚ ਜਾਣ ਨਾ ਦਈਏ 78 ਦੀ ਵੀ ਇਹੀ ਕੋਸ਼ਿਸ਼ ਹੋਊਗੀ 68 ਦੀ ਵੀ ਇਹੀ ਕੋਸ਼ਿਸ਼ ਹੋਊਗੀ ਇਸ ਕਰਕੇ ਉਹ ਆਮ ਨੂੰ ਪਸੰਦ ਆਉਂਦਾ ਦੂਸਰੀਆਂ ਟੀਮਾਂ ਵਾਲੇ ਨਾ ਜ਼ਰਾ
ਪਿਆਰ ਮੁਹੱਬਤ ਕਰ ਜਾਂਦੇ ਇਹ ਪਿਆਰ ਮੁਹੱਬਤ ਨਹੀਂ ਕਰ ਸਕਦੀ ਇਹ ਟੀਮ ਭਾਵੇਂ ਸਾਡੀ ਆਪਣੀ ਆ ਲੇਕਿਨ ਇਹਨਾਂ ਦਾ ਜ਼ਰਾ ਤਾਂ ਲੋਕ ਤੁਸੀਂ ਸਾਰੇ ਤਾਂ ਸ਼ੌਕ ਨਾਲ ਮੈਚ ਦੇਖਦੇ ਆ ਅਕਸਰ ਮੈਂ ਵੇਖਿਆ ਲੋਕ ਸਾਡੇ ਸਮੁੰਦਰੀ ਜੀ ਕਿਤੇ ਮੈਚ ਕਿਸੇ ਨਾਲ ਕਰਾ ਹੋਵੇ ਨਾ ਉਹ ਇਹ ਕਹਿੰਦਾ ਠਾੜ ਦੇ ਠੱਤਰ ਰੱਖ ਲਓ ਕੋਈ ਟੈਨਸ਼ਨ ਨਹੀਂ ਇਨਾਮ ਵੀ ਥੋੜ੍ਹਾ ਰੱਖ ਲਓ ਇਹਨਾਂ ਨੇ ਆਪ ਹੀ ਕੋਲੋਂ ਖਰਚੇ ਕਰ ਲੈਣੇ ਆ ਮਤਲਬ ਇੱਦਾਂ ਦੀਆਂ ਟੀਮਾਂ ਬਣ ਗਈਆਂ ਜੀ ਦੋ ਸਮੁੰਦਰੀ ਜੀ ਜਿੰਨੇ ਵੀ ਜ਼ਿਆਦਾ ਵੱਡੇ ਮੈਚ ਆਏ ਉਹ ਠਾੜ ਚ ਤਾਂ ਨਹੀਂ ਖੇਡੇ ਆ ਠੱਤਰ ਇੱਦਾਂ ਹੀ ਆ ਜੀ ਮੇਰੇ ਕੋਲ ਇੱਦਾਂ ਹੀ ਨੌਕਰੀ 'ਚ ਕਿੰਨੀ ਸਰਵਿਸ ਹੋ ਗਈ ਨੌਕਰੀ ਹੋ ਗਈ 10-11 ਸਾਲ ਹੋ ਗਏ ਅਤੇ ਪਾਕਿਸਤਾਨ ਦੇ ਸਭ ਤੋਂ ਪਹਿਲਾਂ ਤੁਸੀਂ ਸਰਕਾਰੀ ਮੈਚ ਕਿਹੜਾ ਖੇਡਿਆ ਸੀ ਵੱਡਾ ਸਭ ਤੋਂ ਪਹਿਲੇ ਸਹੂਲਤ ਇੱਕ ਗੋਲਡ ਕੱਪ ਹੋਇਆ ਜੀ 2011 'ਚ ਜਾਂ 12 'ਚ ਹੋਇਆ ਹਾਂਜੀ ਵਾਰਡਾ ਦੇ ਖਿਲਾਫ ਉਹ ਵੀ ਮੈਂ ਮਤਲਬ ਉਹਦਾ ਮੇਨ ਰੇਡਰਾਂ 'ਚ ਨਹੀਂ ਸੀ ਮੈਂ ਬਾਹਰ ਜਿੱਦਾਂ ਸਪੇਅਰ ਰੇਡਰ ਹੁੰਦਾ ਉਹ ਵੀ ਸੀ ਵੀ ਸਾਡੇ ਵਰਗੇ ਨੂੰ ਉਦੋਂ ਹੀ ਮੌਕਾ ਮਿਲ ਸਕਦਾ ਜਾਂ ਤਾਂ ਟੀਮ 10 ਨੰਬਰ ਤੋਂ ਜਿੱਤਣ ਦੀ ਹੋਵੇ ਅਤੇ ਜਾਂ ਹਰਨ ਦੀ ਹੋਵੇ ਅਤੇ ਸਾਡੀ ਟੀਮ ਉਦੋਂ ਹਰਨ ਹੀ ਰਹੀ ਸੀਗੀ 10-20 ਨੰਬਰਾਂ ਤੋਂ ਵਾਰਡਾ ਕੋਲ ਅਤੇ ਉਹਨਾਂ ਨੇ ਕਿਹਾ ਚੱਲ ਕੋਈ ਨਹੀਂ ਹਰਨ ਦੇ ਜਿੱਥੇ ਇਹ ਫੜ ਹੋਣਦੇ ਤੂੰ ਵੀ ਪਾ ਲਾ ਉਦੋਂ ਮੈਂ ਪਾਈਆਂ 10 ਕਬੱਡੀਆਂ ਵਾਰਡਾ ਦੇ ਖਿਲਾਫ ਕੋਈ ਮੇਰੇ ਤੋਂ ਜੱਫਾ ਨਹੀਂ ਹੋਇਆ ਉਹੀ ਮੈਂ ਮੈਚ ਪਹਿਲੀ ਵਾਰੀ ਖੇਡਿਆ ਆਰਮੀ ਸਰਕਾਰੀ ਯਾਨੀ ਕਿ ਕਹਿ ਲਓ ਵੀ ਉਹ ਆਪਣੇ ਲਾਈਫ ਦਾ ਸਭ ਤੋਂ ਸਭ ਸਟਾਰ ਮੈਚ ਸੀ ਪਹਿਲਾ ਮੈਚ ਉਹੀ ਸੀ ਫਿਰ ਮੈਂ ਨੈਸ਼ਨਲ ਖੇਡੀ 2014 'ਚ ਵਾਹ ਕੈਂਟ ਮੇਰੇ ਆਰਮੀ ਦਾ ਇੱਕ ਮੁੰਡਾ ਵਾ ਆਸਫ ਵਾ ਨਸੀਬ ਬਰਾਦਰੀ ਦਾ ਹਾਂਜੀ ਉਹ ਬੜੇ ਸ਼ੁਕਰ ਮੇਲੇ ਲਾਉਂਦਾ ਹੁਣ ਅੱਗੋਂ ਮੁਸ਼ਰਫ ਸੀ ਮੌਸਮ ਸੀ ਜਾਨੀ ਹੋਣੀ ਸੀ ਵਾਰਡ ਦੇ ਚੰਗੇ ਜਾਪੇ ਸੀ ਅਤੇ ਉਹਨੇ ਮੈਨੂੰ ਹੱਸ ਕੇ ਗਿਆ ਮਤਲਬ ਕਿ ਉਹਨੇ ਕਿਹਾ ਰਾਣਾ ਅੱਜ ਤੇਰੀ BA ਦੀ ਨਾ ਸੈਪਲੀ ਆ ਇੰਗਲਿਸ਼ ਦੀ ਤੁਹਾਨੂੰ ਪਤਾ ਉਹਦੇ 'ਚ ਅਕਸਰ ਬੰਦਾ ਫੇਲ ਹੋ ਜਾਂਦਾ ਉਹਨੇ ਕਿਹਾ ਤੇਰਾ ਅੱਜ ਪੇਪਰ ਹੀ ਹੈ ਅਤੇ ਮੈਂ ਚਲੋ ਉਦੋਂ ਵੀ ਮੈਂ ਚੰਗੀਆਂ ਵਧੀਆ ਰੇਡਾਂ ਪਾਈਆਂ ਇੱਕੋ ਜੱਫਾ ਆਇਆ ਮੌਸਮ ਨਸੀਬ ਬਾਲੇ ਦਾ ਭਾਈ ਮਿਸ਼ਰਫ ਉਦੋਂ ਬਹੁਤ ਕੈਮ ਸੀਗਾ ਉਹ ਵੀ 5-6 ਹੱਥ ਲੱਗਾ ਲੇਕਿਨ ਨਹੀਂ ਜੱਫਾ ਹੋਇਆ ਹਾਂਜੀ ਉਹ ਮੈਚ ਆਪਾਂ ਵਧੀਆ ਖੇਡਿਆ ਪਹਿਲੀ ਵਾਰੀ ਆਰਮੀ ਨੇ ਜ਼ੂਲਾਈ ਕੱਪ ਤੋਂ ਬਾਅਦ ਨੈਸ਼ਨਲ ਸੀ ਉਹ ਵਾਹ ਕੈਂਟ ਹੋਈ ਉਹ ਇੰਟਰਨੈਸ਼ਨਲ ਟੂਰ ਕੀਤਾ ਤੂੰ ਜਿੱਦਾਂ ਨਾ ਇਹ ਮਲੇਸ਼ੀਆ ਗਏ ਇੱਥੇ ਇੰਡੀਆ ਨਾਲ ਏਸ਼ੀਆ ਕੱਪ ਖੇਡਿਆ 2016 'ਚ ਜਿਹੜਾ ਹੋਇਆ ਸੀ ਆਪਣੀ ਟੀਮ ਵਿਨ ਕੀਤੀ ਸੀ ਪਾਕਿਸਤਾਨ ਨੇ ਹਾਂਜੀ ਉਹ ਤਾਂ ਤੁਸੀਂ ਮਾਸ਼ਾਅੱਲਾ ਬੜਾ ਵਧੀਆ ਖੇਡਿਆ ਹਾਂਜੀ ਵਧੀਆ ਖੇਡਿਆ ਪੂਰੇ ਟੂਰਨਾਮੈਂਟ 'ਚ ਕੋਈ ਜੱਫਾ ਜੁੱਫਾ ਨਹੀਂ ਹੋਇਆ ਸੀ ਹਾਂਜੀ ਤਾਂ ਤੁਸੀਂ ਭਾਈ ਭਾਈ ਤੁਸੀਂ ਕਿੰਨੀਆਂ ਸਰਕਾਰੀ ਮੁੜ ਦੱਸੋ ਤੁਸੀਂ ਆਪਣਾ ਸਭ ਤੋਂ ਵੱਡਾ ਸਰਕਾਰੀ ਮੈਚ ਕਿਹੜਾ ਖੇਡਿਆ ਮੈਂ ਭਾਈ 11 ਦੇ ਵਿੱਚ ਖੇਡੀ ਨੈਸ਼ਨਲ 'ਚ ਚਾਹੁੰਦੇ ਨੇ ਨੈਸ਼ਨਲ 'ਚ ਤਾਂ ਫਿਰ ਉੱਦਾਂ ਹੀ ਮੈਂ ਜ਼ੋਰ ਲਾਏ ਕੱਪ ਵੀ ਖੇਡੇ ਅਤੇ ਦੂਸਰਾ ਕੋਈ ਦੁਬਾਰਾ 12 ਕੋਈ ਪਲੈਨਿੰਗ ਕੀਤਾ ਜੀ ਦੁਬਾਰਾ ਵਸੀਮ ਭਾਈ ਬਸ ਕੋਸ਼ਿਸ਼ ਤਾਂ ਰਹਿੰਦੀ ਹੈ ਤੁਹਾਨੂੰ ਪਤਾ ਪਲੇਅਰ ਬੰਦੇ ਦੇ ਬਸ ਸੱਟਾ ਚੋਟਾ ਵੀ ਤੁਹਾਨੂੰ ਪਤਾ ਗੇਮ ਹੀ ਆਉਂਦੀ ਹੈ ਕਿ ਇੰਜਰੀ ਉੰਜਰੀ ਆ ਜਾਂਦੀ ਹੁਣ ਤਾਂ ਮੈਂ ਵਾਹਵਾ ਤਕਰੀਬਨ 4-5 ਮਹੀਨੇ ਤੋਂ ਮੈਚ ਵੀ ਨਹੀਂ ਖੇਡਿਆ ਕੋਈ ਲੇਕਿਨ ਇਹ ਵੀ ਹੁਣ ਲੱਗ ਗਏ ਆਪਾਂ ਠੀਕ ਆ 26 ਨੂੰ ਆਪਾਂ ਮੈਚ ਖੇਡਣਾ ਇੱਥੇ ਸ਼ਾਹਕੋਟ ਹੈ ਹਜੇ ਮੇਰਾ ਇਰਾਦਾ ਤੇ ਨਹੀਂ ਸੀ ਖੇਡਾਂ ਦਾ ਕਿਉਂਕਿ ਇਹ ਥੋੜ੍ਹੇ ਦਿਨ ਹੀ ਹੋਏ ਆ ਲੇਕਿਨ ਕੁਛ ਭਰਾ ਜਿਹੜੇ ਹੁੰਦੇ ਫਿਰ ਉਹ ਜਦੋਂ ਫੋਰਸ ਕਰਦੇ ਉਹਨਾਂ ਨੂੰ ਨਾਂ ਵੀ ਨਹੀਂ ਕੀਤੇ ਜਾਂਦੇ ਅਬਦੁੱਲਾ ਗਿਰ ਵੀ ਆਪਣਾ ਵੀਰ ਆ ਛੋਟਾ ਫਿਰ ਉਹ ਕਹਿੰਦਾ ਨਹੀਂ ਭਾਈ ਖੇਡਣ ਵਾਲੇ ਤਾਂ ਮੇਰਾ ਹਜੇ ਇਰਾਦਾ ਸੀ ਕਿ ਮਹੀਨਾ ਕੁ ਮਿਹਨਤ ਲਾ ਕੇ ਫਿਰ ਨਹੀਂ ਖੇਡਾਂਗੇ ਪਰ ਹੁਣ ਮੈਨੂੰ ਲੱਗਦਾ ਕਿ ਉੱਧਰ ਨੂੰ ਖੇਡਣਾ ਪੈਣਾ ਫਿਰ 27 ਨੂੰ ਹੋਰ ਮੈਚ ਨਫੀਸ ਨੇ ਫੜ ਲਿਆ ਉੱਥੇ ਵੀ ਜਾਵਾਂਗੇ ਇਨਸ਼ਾਅੱਲਾ ਮਾਸ਼ਾਅੱਲਾ ਤੁਸੀਂ ਬਹੁਤ ਸਮੁੰਦਰੀ ਸ਼ਹਿਰ ਦੀ ਦਾ ਨਾਂ ਰੋਸ਼ਨ ਕੀਤਾ ਸਾਡੇ ਦਾ ਤੁਹਾਨੂੰ ਬੜਾ ਫਖਰ ਹੈ ਐਵੇਂ ਤਰੀ ਇਹਨੂੰ ਸਮੁੰਦਰੀ ਦਾ ਫਖਰ ਕਿਹਾ ਜਾਂਦਾ ਬਾਬਾ ਰਮਦਾਨ ਕਬੱਡੀ ਖਾਲਸਾ ਇਹ ਕੋਈ ਮਾਹੌਲ ਇਹ ਬਈਆ ਤਰੀ ਫਖਰ ਹਾਂਜੀ ਬਸ ਮਾਸ਼ਾਅੱਲਾ ਬਹੁਤ ਸਾਨੂੰ ਅੱਜ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਤੁਸੀਂ ਭਾਜੀ ਸੱਟ ਲੱਗੀ ਨਾ ਵਿੱਚ ਤੁਹਾਡਾ ਗੈਪ ਵੀ ਰਿਹਾ ਵਾ ਕਬੱਡੀ ਵੀ ਤੁਸੀਂ ਬਹੁਤ ਤਕੜੀ ਖੇਡੀ ਇਹ ਤੁਹਾਨੂੰ ਕੀ ਬਸ ਆਪ ਹਰ ਪਲੇਅਰ ਦੀ ਆਪਣੀ ਆਪਣੀ ਹੁੰਦੀ ਹੈ ਮੇਰੇ ਜ਼ਰਾ ਸਰ ਜੋੜ ਲਾ ਜਾਵੇ ਅਸੀਂ ਥੋੜ੍ਹੀ ਜ਼ਿਆਦਾ ਜ਼ਿਆਦਾ ਮੈਂ ਰੈਸਟ ਕਰ ਜਾਂਦਾ ਵੀ ਜੇ 10 ਦਿਨ ਦੀ ਹੋਵੇ ਮੇਰਾ ਇਰਾਦਾ ਹੁੰਦਾ ਹੁਣ ਮਹੀਨਾ ਹੀ ਕਰ ਲਈਏ ਕੋਈ ਨਹੀਂ ਇੱਕ ਵਾਰੀ ਠੀਕ ਹੀ ਹੋਈਏ ਬਾਕੀ ਵਾਮ ਹੈ ਵਾਮ ਕਰਨ ਲੱਗ ਜਾਂਦੀ ਹੈ ਕਿ ਨਹੀਂ ਵੀ 6 ਮਹੀਨੇ ਹੋ ਗਏ ਪਤਾ ਨਹੀਂ ਹੁਣ ਖਤਮ ਹੋ ਗਏ ਇੱਦਾਂ ਹੋ ਗਏ ਬਥੇਰੇ ਲੋਕ ਕਮੈਂਟਸ ਵੀ ਕਰਦੇ ਪਰ ਮੈਂ ਦੱਸਣਾ ਚਾਹੂੰਗਾ ਸਾਰੇ ਕਬੱਡੀ ਪਲੇਅਰਾਂ ਨੂੰ ਵੀ ਜਿਹਨਾਂ ਦੇ ਸੱਟ ਜੋੜ ਲੱਗ ਜਾਂਦੀ ਹੈ ਜਿਹੜਾ ਪਹਿਲਵਾਨ ਬੰਦਾ ਹੁੰਦਾ ਉਹ ਇੰਨੀ ਜਲਦੀ ਖਤਮ ਨਹੀਂ ਹੋ ਸਕਦਾ ਜਿੰਨੀ ਦੇਰ ਉਹ ਆਪਣੇ ਦਿਲੋਂ ਢੇਰੀ ਨਾਲ ਨਾ ਢਾ ਜਾਵੇ ਉੰਨੀ ਦੇਰ ਉਹਨੂੰ ਕੁਛ ਨਹੀਂ ਹੋ ਸਕਦਾ ਉਹ ਜਦੋਂ ਵੀ ਮਿਹਨਤ ਕਰੇ ਉਹ ਕਾਇਮ ਹੀ ਕਾਇਮ ਮੈਂ ਬੜੇ ਬੰਦੇ ਤੁਹਾਨੂੰ ਦਿਖਾ ਸਕਦਾ ਜਿਹੜੇ 2-2 ਸਾਲ ਬਾਅਦ ਦੁਬਾਰਾ ਆਏ ਆ ਬਾਬਾ ਜੀ ਉਹਨਾਂ ਨੂੰ ਬੰਦੇ ਮਤਲਬ ਫੜਨ ਨੂੰ ਤਰਸ ਜਾਂਦੇ ਫਿਰ ਵਿਕਾਸ ਬੱਟ ਹੈ ਸਾਡਾ ਨਫੀਸ ਮੁੰਡਾ ਇਹਦੇ ਸੱਟ ਲੱਗ ਗਈ ਸੀ ਹੋਰ ਕਈ ਬੰਦੇ ਅਲੀ ਸ਼ਾਨ ਹੈ ਵੀ ਪਹਿਲਵਾਨ ਬੰਦਾ ਇੱਡੀ ਜਲਦੀ ਖਤਮ ਨਹੀਂ ਹੁੰਦਾ ਜਿੰਨੀ ਜਲਦੀ ਲੋਕ ਉਹਨੂੰ ਕਹਿਣ ਲੱਗ ਜਾਂਦੇ ਵੀ ਨਹੀਂ ਬਸ ਡੈਡ ਆ ਜੀ ਇੱਦਾਂ ਤਾਂ ਕੋਈ ਚੱਕਰ ਨਹੀਂ ਹੁੰਦਾ ਰਾਜ ਸਾਹਿਬ ਨੇ ਵੀ 2 ਸਾਲ ਸਟੇ ਕਰਕੇ ਬਾਅਦ 'ਚੋਂ ਆਏ ਸੱਟ ਤੋਂ ਬਾਅਦ ਬਹੁਤ ਤਗੜੇ ਤੁਸੀਂ 2-3 ਟੂਰਨਾਮੈਂਟ ਖੇਡੇ ਹੋ ਹਾਂਜੀ ਖੇਡੇ ਤੁਸੀਂ ਇੱਥੇ ਫੈਸਲਾਬਾਦ ਅਤੇ ਚੱਕ ਦੇ ਵਿੱਚ ਖੇਡੇ ਸੀ ਹਰਮਨ ਉੱਥੇ ਅਸੀਂ ਉਹ ਭਾਅ ਜੀ ਕੀ ਇਹਨੂੰ ਕਹਿੰਦੇ ਆ ਬਹੁਤ ਤਕੜੀ ਧਨੋਲੇ ਬਹੁਤ ਤਗੜਾ ਉੱਥੇ 24 ਰੇਡਾਂ ਪਾਈਆਂ ਜੀ ਹਾਂਜੀ ਟੀਮ ਵੀ ਵਧੀਆ ਸੀ ਮਤਲਬ 6 ਪੰਜਾਬ ਦਾ ਸੈੱਟ ਬਹੁਤ ਪਾਕਿਸਤਾਨ 'ਚ ਵਧੀਆ ਸੈੱਟ ਉਹਨਾਂ ਦੇ ਖਿਲਾਫ ਆਪਾਂ 24 ਰੇਡਾਂ ਪਾਈਆਂ ਘੱਟ ਬੰਦਿਆਂ ਨੇ ਇੰਨੀਆਂ ਪਾਕਿਸਤਾਨ 'ਚ ਪਾਈਆਂ ਹਾਂਜੀ ਬਾਕੀ ਬਹੁਤ ਮਾਲਕ ਦੀ ਰਹਿਮਤ ਦੀ ਗੱਲ ਹੈ ਹਾਲਾਂਕਿ ਮੈਂ ਉਦੋਂ ਵੀ ਤਕਰੀਬਨ ਸਾਲ ਤੋਂ ਬਾਅਦ ਦੁਬਾਰਾ ਮਤਲਬ ਮਿਹਨਤ ਮੁਹਨਤ ਸ਼ੁਰੂ ਕੀਤੀ ਸੀ ਬੜੀ ਵਾਰੀ ਆਪਾਂ ਇੱਦਾਂ ਹੋਇਆ ਵੀ ਆਪਾਂ 3-3 ਮਹੀਨੇ 6-6 ਮਹੀਨੇ ਲੋਕ ਕਹਿਣ ਵੀ ਲੱਗ ਗਏ ਹੁਣ ਵੀ ਲੋਕ ਇੱਦਾਂ ਹੀ ਕਈ ਕਹਿੰਦੇ ਹੋਣੇ ਆ ਵੀ ਪਤਾ ਨਹੀਂ ਵੀ ਹੁਣ ਖੇਡਣਾ ਹੁਣ ਆ ਜਾਂ ਨਹੀਂ ਖੇਡਦਾ ਜਦੋਂ ਇੱਦਾਂ ਦੀ ਕੋਈ ਗੱਲ ਨਹੀਂ ਗੇਮ ਕੀਤੀ ਹੈ ਜੋ ਤੁਸੀਂ ਤੁਹਾਡੀ ਬਾਦ
17 16 17 18 ਜਿਹੜੇ ਸੀਨੀਅਰ ਆਪਾਂ ਅੱਲਾ ਦੇ ਤੁਹਾਨੂੰ ਆਪਾਂ ਵਧੀਆ ਖੇਡੇ ਜੀ ਉਦੋਂ ਮੈਂ ਤਾਂ ਭਾਈ ਸਾਜਾ ਹੁੰਦੇ ਸੀ ਅਤੇ ਲੋਕ ਹੁਣ ਨਹੀਂ ਪੁਰਾਣੀ ਗੱਲ ਯਾਦ ਰੱਖਦੇ ਅਤੇ ਚਲੋ ਅਸੀਂ ਕਿਸੇ ਨੂੰ ਯਾਦ ਕਰਾ ਕੇ ਕੀ ਲੈਣਾ ਲੇਕਿਨ ਜਿਹਨਾਂ ਨੂੰ ਪਤਾ ਜਿਹਨਾਂ ਲੋਕ ਖੇਡਦੇ ਰਹੇ ਉਹਨਾਂ ਨੂੰ ਯਾਦ ਆ ਅੱਜ ਵੀ ਉਹ ਨਾਂ ਨਾ ਲੈਣ ਦੇ ਲੈਦਾ ਗੱਲ ਆ ਜਿਹੜੀ ਟੀਮ ਵੱਲੋਂ ਤੁਹਾਡਾ ਭਰਾ ਜਾਂ ਸਾਜਾ ਗੁੰਜਰ ਖੇਡਦੇ ਸੀ ਉਹੀ ਟੀਮ ਜਿੱਤਦੀ ਹੁੰਦੀ ਸੀ ਇਹਨਾਂ ਦੇ ਨਾਲ ਹੁਣ ਤਾਂ ਭਾਅ ਜੀ ਪਾਕਿਸਤਾਨ 'ਚ ਕਲੱਬ ਬਹੁਤ ਬਣ ਗਏ ਨਾ ਕੋਈ ਰੋਇਲ ਕਿੰਗ ਸਾਡਾ ਆਪਣਾ ਕਲੱਬ ਹੈ ਬੀ ਆਰ ਬੀ ਹੈ ਨਨਕਾਣਾ ਸਾਹਿਬ ਆ ਉਦੋਂ ਪਾਕਿਸਤਾਨ 'ਚ ਦੋ ਹੀ ਟੀਮਾਂ ਹੁੰਦੀਆਂ ਸੀ ਇੱਕ ਗੁਲਾਮ ਅਬਾਸ ਵੱਟਦੀ ਹੁੰਦੀ ਸੀ ਸ਼ੇਰੇ ਪੰਜਾਬ ਇੱਕ ਸ਼ਦਾਦ ਨੇ ਢਿੱਲੂ ਦੀ ਹੁੰਦੀ ਸੀ ਅਤੇ ਉਹ ਆਪਾਂ ਹਮੇਸ਼ਾ ਸ਼ਦਾਦ ਨੇ ਢਿੱਲੋ ਲੋ ਖੇਡੇ ਆ ਅੱਲਾ ਦੇ ਹੁਕਮ ਨਾਲ ਜਿਹੜੀ ਟੀਮ ਵੱਲ ਆਪਾਂ ਖੇਡੀਦਾ ਸੀ ਉਹੀ ਟੀਮ ਦਾ ਰਿਜ਼ਲਟ ਵਧੀਆ ਹੁੰਦਾ ਸੀ ਇੱਕ ਦੋ ਮੈਚ ਭਾਈ ਬਾਸ ਦੇ ਵੀ ਖੇਡੇ ਔਰ ਭਾਈ ਬਾਸ ਜਿੱਤਿਆ ਵੀ ਹੈ ਬਸ਼ਰ ਝੂ ਦੇ ਪਿੰਡ ਮੈਚ ਹੋਇਆ ਮੈਂ ਪਹਿਲੀ ਵਾਰੀ ਉਹਦੇ ਲੋ ਖੇਡਿਆ ਜਿੱਦਾਂ ਸ਼ਦਾਦ ਦੀ ਟੀਮ ਕੋਲ ਘੱਟ ਉਹਨਾਂ ਦੀ ਟੀਮ ਜਿੱਤਦੀ ਹੁੰਦੀ ਸੀ ਮੈਂ ਤਾਂ ਸਾਜਾ ਉੱਧਰੋਂ ਖੇਡੇ ਜਿੱਤੇ ਫਿਰ ਅਲੀ ਸ਼ਾਨ ਦੇ ਪਿੰਡ ਚੀਜ਼ਾ ਬਦਰੀ ਮੈਚ ਹੋਇਆ ਉਹ ਵੀ ਮੈਂ ਭਾਈ ਬਾਸ ਲੋ ਖੇਡਿਆ ਅਤੇ ਉਹ ਵੀ ਵਧੀਆ ਉਹਨਾਂ ਨੂੰ ਟਫ ਟਾਈਮ ਦਿੱਤਾ ਲੇਕਿਨ ਇਹ ਵੀ ਉੱਥੇ ਇੱਕ ਨੰਬਰ 'ਤੇ ਮੈਚ ਜਿੱਤ ਗਏ ਸੀ ਸ਼ਦਾਦ ਹੁਣੀ ਗੱਲ ਦੱਸਣ ਦਾ ਇਹ ਮਤਲਬ ਕਿ ਵੀ 2016-17 'ਚ ਦੋ ਹੀ ਟੀਮਾਂ ਹੁੰਦੀਆਂ ਸੀ ਅੱਜ ਜਿੰਨੇ ਪਾਕਿਸਤਾਨ ਦੇ ਹੁਣ ਲੀਡਰ ਆ ਮਤਲਬ ਵਧੀਆ ਮੁੰਡੇ ਸਾਰੇ ਲੇਕਿਨ ਜਦੋਂ ਉਦੋਂ ਟਾਈਮ ਸੀ ਉਹ ਸਾਰੇ ਲੈਨ ਦੇ ਬਾਹਰ ਬਹਿੰਦੇ ਸੀ ਲਾਲਾ ਮਾਨਾ ਵਿਕਾਸ ਵੱਟ ਅਤੇ ਰਾਣਾ ਤੀ ਇਹੀ ਸ਼ਦਾਦ ਦੀ ਟੀਮ ਨੂੰ ਲੋਕ ਖੇਡਦੇ ਹੁੰਦੇ ਸੀ ਆਪਾਂ ਮਹੀਨੇ ਬਾਅਦ ਵੀ ਗਏ ਆਪਾਂ ਪਹਿਲੀ ਰੇੜੀ ਪਾਈ ਭਾਵੇਂ ਕੋਈ ਪੁਰਾਣਾ ਮੈਚ ਕੱਢ ਕੇ ਦੇਖ ਲਓ ਅਤੇ ਆਪਾਂ ਆਪਣੇ ਕਲੱਬ ਦੇ ਬਾਬਾ ਪੰਜ ਸਾਲ ਕਿਹੜੇ ਕਲੱਬ ਨੂੰ ਫੇਰੀ ਆਪਾਂ ਰੋਇਲ ਕਿੰਗ ਵੱਲੋਂ ਖੇਡੀਦਾ ਹੋਰ ਤਿੰਨ ਚਾਰ ਟੀਮਾਂ ਜਿਹੜੀਆਂ ਆਪਣੀਆਂ ਸਮਝ ਲਓ ਜਿੱਦਾਂ ਕਹਿ ਲਓ ਘਰ ਵਾਲੀਆਂ ਟੀਮਾਂ ਹੁੰਦੀਆਂ ਉਹਨਾਂ ਦੇ ਮੈਚ ਸ਼ੌਕ ਨਾਲ ਖੇਡੇ ਜਹਾਂਗੀਰ ਦੇ ਬੜੇ ਮੈਚ ਖੇਡੇ ਇੱਕ ਉਹ ਓਪਨ ਕਲੱਬ ਨੇ ਨਾ ਬਣੇ ਜਿਹੜੇ ਪਾਕਿਸਤਾਨ ਦੇ ਮੈਂ ਰੋਇਲ ਕਿੰਗ ਵੱਲੋਂ ਹਾਂਜੀ ਰੋਇਲ ਕਿੰਗ ਹਾਂਜੀ ਇਮਰਾਨ ਚੌਧਰੀ ਹਾਂਜੀ ਉਹਦੇ ਲਈ ਖੇਡੀ ਅਤੇ ਅੱਗੇ ਹੁਣ ਕਲੱਬ ਦੁਬਾਰਾ ਤੁਸੀਂ ਹੁਣ ਆਏ ਹੋ ਇੰਨੀ ਦੇਰ ਬਾਅਦ ਤਾਂ ਹੁਣ ਦੁਬਾਰਾ ਕੀ ਦੁਬਾਰਾ ਹੁਣ ਤੁਹਾਨੂੰ ਪਤਾ ਕਿ ਮੁੰਡੇ ਛੁੰਡੇ ਸਾਡੇ ਤਾਂ ਰਾਜੀ ਸ਼ਾਨ ਹੋਣੀ ਉੱਥੇ ਬਾਹਰ ਹੈ ਅਤੇ ਹੁਣ ਉਹਨਾਂ ਨੇ ਆ ਜਾਣਾ ਅੱਲਾ ਖਿਆਲ ਰੱਖਿਆ ਸੀ ਜਿਹਨੂੰ ਉਹਨਾਂ ਦਾ ਖਤਮ ਹੋ ਗਿਆ ਫਿਰ ਉਹ ਆਉਣਗੇ ਫਿਰ ਜਿੱਦਾਂ ਉਹਨਾਂ ਨੇ ਕਹਿਣਾ ਉੱਦਾਂ ਹੀ ਆਪਾਂ ਬਾਈ ਉਹੀ ਆਪਣਾ ਭਾਈ ਆਲੀ ਸ਼ਾਨ ਉਹ ਜਿੱਦਾਂ ਕਹਿ ਦੇ ਆਪਾਂ ਉੱਦਾਂ ਹੀ ਕਰ ਲੈਣੀ ਹੈ ਜੀ ਹਾਂਜੀ ਅਤੇ ਅੱਛਾ ਜੇ ਉਹਨੇ ਕਿਹਾ ਟੀਮ ਦੁਬਾਰਾ ਜੋੜਨੀ ਆ ਫਿਰ ਦੁਬਾਰਾ ਜੋੜਨੀ ਆ ਜੇ ਉਹਨੇ ਕਿਹਾ ਨਹੀਂ ਕੋਈ ਨਹੀਂ ਜਿੱਦਾਂ ਤੇਰਾ ਜੀ ਕਰਦਾ ਖੇਡ ਲੈ ਫਿਰ ਆਪਾਂ ਜਦੋਂ ਆਪਣਾ ਦਿਨ ਹੋਇਆ ਆਪਾਂ ਉੱਧਰੋਂ ਕਹੂੰਗੇ ਨਾ ਹਾਂਜੀ ਅੱਛਾ ਤੁਹਾਨੂੰ ਸੱਟ ਲੈ ਕੇ ਇੰਜਰੀ ਹੋਈ ਸੱਟ ਬੜੀ ਵਾਰੀ ਕਬੱਡੀ ਗੇਮ ਹੀ ਅੰਜ ਦੀ ਬਹੁਤ ਬਾਈ ਮੇਰੇ ਜ਼ਿਆਦਾ ਜਿਹੜੀ ਲੱਗੀ ਹੋਈ ਪੂਰੀ ਗੋਡੇ 'ਤੇ ਲੱਗ ਗਈ ਸੀ ਫਿਰ ਕੋਈ ਪੈਰ ਦੀ ਕੰਘੀ ਨਿਕਲ ਗਈ ਜੀ ਇਹ ਦੋ ਸੱਟਾਂ ਨੇ ਬਹੁਤ ਮੈਨੂੰ ਡਾਊਨ ਕੀਤਾ ਬਾਕੀ ਛੋਟੀਆਂ ਮੋਟੀਆਂ ਸੱਟਾਂ ਚੱਲਦੀਆਂ ਨੇ ਇੰਨੀਆਂ ਅੱਛਾ ਪ੍ਰਿਆਤੀ ਜਦੋਂ ਸੱਟ ਲੱਗ ਜਾਂਦੀ ਆ ਬੰਦੇ ਨੂੰ ਜਦੋਂ ਬੰਦੇ ਦੇ ਉੱਤੇ ਇੱਕ ਪੂਰਾ ਟਾਈਮ ਹੁੰਦਾ ਵਾ ਅਤੇ ਜਦੋਂ ਸੱਟ ਲੱਗ ਜਾਂਦੀ ਆ ਬੰਦੇ ਦੇ ਹਾਂਜੀ ਬੰਦਾ ਘਰ ਬਹਿ ਜਾਂਦਾ ਕਿੰਨਾ ਕੁ ਫਰਕ ਕੀ ਤੁਸੀਂ ਫੀਲ ਕਰਦੇ ਫਰਕ ਸੀ ਭਾਈ ਇਹ ਸੀ ਵੀ ਜਿੰਨੇ ਮੈਨੂੰ ਸੱਟ ਨਹੀਂ ਲੱਗੀ ਮੈਂ ਜਿਹੜਾ ਤੁਹਾਨੂੰ ਸੀਜ਼ਨ ਦੱਸਿਆ ਹੈ ਉਹ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਮਤਲਬ ਕਿ ਕੌਣ ਮੇਰੇ ਨਾਲ ਮਦਦ ਕਰਦਾ ਹੈ ਕੌਣ ਗੇਮ ਦਾ ਕਰਕੇ ਕਰਦਾ ਕੌਣ ਵੈਸੇ ਕਰਦਾ ਨਾ ਉਦੋਂ ਚੱਲੀ ਜਾਂਦਾ ਸੀ ਨਾਮ ਹੀ ਨਹੀਂ ਹੁੰਦੀ ਸੀ ਕਿਸੇ ਨੂੰ ਕਿਉਂਕਿ ਉਦੋਂ ਕਦੀ ਮਾੜਾ ਹੀ ਨਹੀਂ ਸੀ ਮੈਚ ਲੱਗਦਾ ਘੱਟ ਲੱਗਦਾ ਸੀ ਮਾੜਾ ਮੈਚ ਪਤਾ ਹੀ ਨਹੀਂ ਸੀ ਲੱਗਦਾ ਹਰ ਬੰਦਾ ਪ੍ਰੋਟੋਕੋਲ ਇੰਨਾ ਦਿੰਦਾ ਸੀ ਅਸੀਂ ਕਿਸੇ ਨੂੰ ਨਾਮ ਹੀ ਨਹੀਂ ਸੀ ਕਰ ਸਕਦੇ ਮੈਚ ਤੋਂ ਮਤਲਬ ਹੁਣ ਅਲੀਸ਼ਾਨ ਵਰਗੇ ਭਰਾ ਬੰਦਿਆਂ ਨੂੰ ਵੀ ਮੈਨੂੰ ਜਵਾਬ ਦੇਣਾ ਪੈਂਦਾ ਸੀ ਬੰਦਿਆਂ ਦੀ ਖਾਤਰ ਲੇਕਿਨ ਸੱਟਾਂ ਚੋਟਾਂ ਲੱਗਣ ਨਾਲ ਇਹ ਹੋ ਗਿਆ ਵੀ ਪਤਾ ਲੱਗ ਗਿਆ ਵੀ ਜਿਹੜੇ ਮਜ਼ਬੂਰੀ ਹੁੰਦੀ ਸੀ ਵੀ ਯਾਰ ਵੀ ਉਹਨਾਂ ਨੂੰ ਕਿਹੜੇ ਮੂੰਹ ਨਾਲ ਨਾ ਕਹੀਏ ਕਈ ਐਸੇ ਕੋਚ ਜਿਹਨਾਂ ਨੂੰ ਨਾ ਨਹੀਂ ਸੀ ਕਰ ਸਕਦਾ ਲੇਕਿਨ ਹੁਣ ਇੱਦਾਂ ਦੀ ਕੋਈ ਟੈਨਸ਼ਨ ਨਹੀਂ ਹੁਣ ਜਿਹਦਾ ਦਿਲ ਕਰੇ ਆਪਾਂ ਮੈਚ ਖੇਡਾਂਗੇ ਕਿਉਂਕਿ ਜਦੋਂ ਮੈਂ ਸੱਟ ਚੋਟ ਤੁਹਾਡੀ ਵਾਲੀ ਗੱਲ ਲੱਗਦੀ ਪਤਾ ਲੱਗਦਾ ਨਾ ਵੀ ਹੁਣ ਕਿੰਨਾ ਖਰਾਬ ਦਾ ਕਰਦੇ ਹੁਣ ਤਾਂ ਮਤਲਬ ਕੋਈ ਇੱਥੇ ਵੀ ਜਲਦੀ ਫੋਨ ਕਰਦਾ ਫਿਰ ਹੀ ਬੰਦੇ ਨੂੰ ਸਾਹਸ ਆਪਣੇ ਆਪ 'ਤੇ ਹੁੰਦਾ ਜੋ ਕਰਦਾ ਬੰਦੇ ਬਹੁਤ ਅਲੀਸ਼ਾਨ ਹੋਣੀ ਹੈ ਨਫੀਸ ਹੋਣੀ ਹੈ ਭੱਟੀ ਹੋਣੀ ਹੈ ਇਹ ਆਪਣੇ ਭਰਾ ਆਦਮੀ ਆ ਉਦੋਂ ਇੰਜ ਦਾ ਟਾਈਮ ਸੀ ਵੀ ਇਹਨਾਂ ਨੂੰ ਵੀ ਮੈਨੂੰ ਜਵਾਬ ਦੇਣਾ ਪੈ ਜਾਂਦਾ ਸੀ ਉਹਨਾਂ ਕੋਚਾਂ ਦੀ ਖਾਤਰ ਇਹ ਮੇਰੇ ਨਾਲ ਲੜਦੇ ਵੀ ਹੁੰਦੇ ਸੀ ਕਿ ਯਾਰ ਵੀ ਆਪਾਂ ਭਰਾ ਬੰਦੇ ਹਾਂ ਲੇਕਿਨ ਮਜ਼ਬੂਰੀ ਸੀ ਨਾ ਉਦੋਂ ਸਮਝ ਨਹੀਂ ਸੀ ਉਹ ਪ੍ਰੋਟੋਕੋਲ ਹੀ ਨਾ ਦਿੰਦੇ ਸੀ ਬਾਈ ਅਤੇ ਬੰਦਾ ਕਹਿੰਦਾ ਪਤਾ ਨਹੀਂ ਯਾਰ ਇਹ ਹੈ ਹੀ ਸਾਡਾ ਸਭ ਕੁਛ ਲੇਕਿਨ ਉਹ ਜਦੋਂ ਸੱਟ ਚੋੜ ਲੱਗੀ ਫਿਰ ਸਮਝ ਆਈ ਕਿ ਨਹੀਂ ਵੀ ਕੋਈ ਚੱਕਰ ਨਹੀਂ ਬਸ ਭਰਾ ਭਰਾ ਹੀ ਹੁੰਦੇ ਆ ਅਤੇ ਹੁਣ ਇੱਦਾਂ ਦੀ ਕੋਈ ਟੈਨਸ਼ਨ ਨਹੀਂ ਮਤਲਬ ਹੁਣ ਅਲੀਸ਼ਾਨ ਹੋਣੀ ਆ ਵੀ ਦੇਣੀ ਆ ਹੁਣ ਇਹਨਾਂ ਨੂੰ ਨਾ ਨਹੀਂ ਹੋ ਸਕਦੀ ਜਿਹਨਾਂ ਕੋਚਾਂ ਦਾ ਅੱਗੇ ਮਾੜਾ ਮੋਟਾ ਭਾਰ ਹੁੰਦਾ ਤੇ ਨਾ ਹੁਣ ਉਹਨਾਂ ਦਾ ਆਪਣੇ ਦੇਸ਼ 'ਚ ਕੋਈ ਨਹੀਂ ਰਹੇ ਹਾਂਜੀ ਪਾਕਿਸਤਾਨ ਦੇ ਵਿੱਚ ਸਭ ਤੋਂ ਤੁਹਾਨੂੰ ਬਿਹਤਰੀਨ ਲੀਡਰ ਕਿਹੜਾ ਲੱਗਦਾ ਬਿਹਤਰੀਨ ਲੀਡਰ ਪਾਕਿਸਤਾਨ 'ਚ ਪੈਮਾਨਾ ਵਾ ਹੀਰਾ ਬਾਟਾ ਇਹਨਾਂ ਦੀ ਗੇਮ ਆਪਾਂ ਬਹੁਤ ਪਸੰਦ ਕਰਦੇ ਸਿਰਫ ਇਸ ਵਜ੍ਹਾ ਤੋਂ ਕਿ ਇਹਨਾਂ ਦਾ ਸਟੈਮਿਨਾ ਬਹੁਤ ਆ ਮੈਨੂੰ ਉਹ ਲੀਡਰ ਪਸੰਦ ਆ ਜਿਹੜਾ ਮਤਲਬ ਦੋ ਕਬੱਡੀਆਂ ਮਤਲਬ ਦੂਸਰਾ ਵੀ ਪਾਉਣ ਨੂੰ ਤਿਆਰ ਹੋਵੇ ਭਾਈ ਮਾਨੇ ਨੇ ਬਹੁਤ ਪਾਈਆਂ ਮੇਰੇ ਨਾਲ ਉਹਨੇ ਬਹੁਤ ਮੈਚ ਖੇਡੇ ਆ ਇਸ ਕਰਕੇ ਆਪਾਂ ਉਹਨੂੰ ਬਹੁਤ ਪਸੰਦ ਕਰਦੇ ਹਾਂ ਫਿਰ ਹੀਰਾ ਵਾ ਮਾਸ਼ਾਅੱਲਾ ਕਿ ਮੈਨੂੰ ਸਟੈਮਿਨੇ ਦੀ ਵਜ੍ਹਾ ਤੋਂ ਪਸੰਦ ਆ ਹੋਰ ਨੋਨ ਸਟੋਪ 'ਤੇ ਮੈਂ ਵੀ ਕਈ ਮੈਚ ਖੇਡੇ ਆ ਲੇਕਿਨ ਗੱਲ ਹੁੰਦੀ ਇੱਕ ਬੰਦਾ 7-8 ਪਾ ਕੇ ਨੋਨ ਸਟੋਪ ਰਹਿੰਦਾ ਇੱਕ ਬੰਦਾ 20 ਪਾ ਕੇ ਨੋਨ ਸਟੋਪ ਰਹਿੰਦਾ ਆਪਾਂ ਉਹਦੇ ਫੈਨ ਆ ਜਿਹੜਾ ਬੰਦਾ 20 ਪਾ ਕੇ ਨੋਨ ਸਟੋਪ ਰਹਿੰਦਾ ਹਾਂਜੀ ਅਤੇ ਪਾਕਿਸਤਾਨ 'ਚ ਜਾਫੀ ਜਿਹੜਾ ਆਪਣਾ ਸਭ ਤੋਂ ਵਧੀਆ ਜਾਫੀ ਭਾਈ ਕਾਫੀ ਮੁੰਡੇ ਆ ਮਤਲਬ ਭਾਈ ਮੁਸ਼ਰਫ ਹੈ ਫਿਰ
ਜਿਹੜੇ ਮਤਲਬ ਬੰਦੇ ਦਾ ਜ਼ੋਰ ਕਰਾਣ ਵੀ ਬੰਦਾ ਅਗਲੀ ਰੇਡ ਪਾਉਣ ਜਾਵੇ ਬੰਦੇ ਨੂੰ ਥੋੜ੍ਹਾ ਜਿਹਾ ਤੰਗੀ ਲੱਗੇ ਵੀ ਨਹੀਂ ਯਾਰ ਪਹਿਲੇ ਉਹ ਲੱਗਾ ਉਹਨੇ ਬੜੀ ਮੱਤ ਮਾਰਦੇ ਹੋਰ ਵੀ ਬਥੇਰੇ ਚੰਗੇ ਆ ਲੱਤਾਂ ਲੁੱਤਾਂ ਵਾਲੇ ਜਾਪੀ ਹੈ ਉਹ ਜਿਹੜਾ ਬੰਦੇ ਦੀ ਨਾ ਉਸ ਹਿਸਾਬ ਨਾਲ ਮੱਤ ਹੀ ਮਾਰਦੇ ਜਿੱਦਾਂ ਮਤਲਬ ਅੱਗੇ ਹੋ ਗਏ ਜਿੱਦਾਂ ਭਾਈ ਮਿਸ਼ਰਫ ਹੈ ਜਫਰ ਚੈਨੀ ਆ ਛਾਨੀ ਬਸਰਾ ਵਾ ਇਹ ਜਾਫੀ ਆਪਾਂ ਨੂੰ ਇੱਦਾਂ ਦੇ ਪਸੰਦ ਆ ਭਾਈ ਹਾਂਜੀ ਅੱਛਾ ਤੁਹਾਨੂੰ ਇਹ ਜਾਪੀ ਤੇ ਤੰਗ ਕਰਦੇ ਆ ਦੋ ਚਾਰ ਪੰਜ ਤੁਸੀਂ ਜਾਪੀ ਦੱਸੇ ਆ ਹਾਂਜੀ ਗੇਮ ਤੁਹਾਡੀ ਸ਼ੁਰੂ ਤੋਂ ਹੀ ਪਾਵਰ ਵਾਲੀ ਸੀ ਜਾਂ ਪਹਿਲੋਂ ਤੁਹਾਡੀ ਮੇਰੀ ਸ਼ੁਰੂ ਤੋਂ ਇੱਦਾਂ ਦੀ ਹੈ ਬਾਈ ਮੇਰੀ ਮਤਲਬ ਇੱਦਾਂ ਹੀ ਆ ਮੱਠੀ ਹੈ ਮਤਲਬ ਨਾ ਵੀ ਜਿੱਦਾਂ ਘੁਲ ਕੇ ਆਉਣਾ ਹਰ ਰੇਡਰ ਦਾ ਆਪਣਾ ਅੰਦਾਜ਼ ਹੁੰਦਾ ਮੈਂ ਸਗੋਂ ਦੀ ਜੇ ਮਤਲਬ ਡਾਜਾ ਡੁਜਾ ਮਾਰ ਕੇ ਨਿਕਲਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਘੁਲਣ ਨਾਲੋਂ ਬਹੁਤਾ ਜ਼ਿਆਦਾ ਥੱਕ ਜਾਂਦਾ ਇੱਕ ਟਾਈਮ ਮੇਰੀ ਇੰਜ ਦੀ ਗੇਮ ਸੀ ਕਿ ਫੈਸਲਾਬਾਦ ਮੈਚ ਹੋਇਆ ਭਾਈ ਮਿਸ਼ਰ ਮੇਰੇ ਵਰਗੇ ਬੰਦੇ ਨੂੰ ਜਲਦੀ ਜਾਣ ਨਹੀਂ ਦਿੰਦਾ ਲੇਕਿਨ ਉਹ ਮੇਰੇ 'ਤੇ ਜਦੋਂ ਵੀ ਲੱਗਿਆ ਨਾ ਉਹਨੂੰ ਇੱਦਾਂ ਹੀ ਲੱਗਾ ਵੀ ਜਿੱਦਾਂ ਕੋਈ ਨਹੀਂ ਮੇਰੀ ਰੇਂਜ ਹੀ ਹੈ ਰੇਂਜ ਹੀ ਹੈ ਤਾਂ ਲੇਕਿਨ ਮੈਂ ਫਿਰ ਵੀ ਨਿਕਲ ਜਾਂਦਾ ਰਿਹਾ ਉਹਨੂੰ ਇੱਕ ਦੋ ਵਾਰੀ ਬੰਦਿਆਂ ਨੇ ਵੀ ਪੁੱਛਿਆ ਉਹਨੇ ਕਿਹਾ ਯਾਰ ਮੈਨੂੰ ਕੋਈ ਸਮਝ ਨਹੀਂ ਆਈ ਲੱਗਦਾ ਇੱਦਾਂ ਹੀ ਹੈ ਵੀ ਇਹ ਕਿਹੜਾ ਕਿਤੇ ਚੱਲਾ ਵੀ ਮੇਰੀ ਰੇਂਜ ਹੀ ਹੈ ਮੈਂ ਮਤਲਬ ਮੈਂ ਉਹਦੀਆਂ ਬਾਹਾਂ ਬੂਹਾਂ ਜਿੱਦਾਂ ਬਾਹਾਂ ਬੂਹਾਂ ਪਾਈ ਰੱਖਦਾ ਲੇਕਿਨ ਪਤਾ ਉਦੋਂ ਹੀ ਲੱਗਦਾ ਰਿਹਾ ਜਦੋਂ ਆਪਾਂ ਨਿਕਲ ਜਾਂਦੇ ਸ਼ੁਰੂ ਤੋਂ ਹੀ ਆਪਣੀ ਗੇਮ ਅੰਜ ਦੀ ਹਾਂਜੀ ਪਾਕਿਸਤਾਨ ਦਾ ਕੋਈ ਐਸਾ ਜਾਪੀ ਜਿਹਨੇ ਸਭ ਤੋਂ ਬਹੁਤਾ ਕਬੱਡੀ 'ਚ ਤੰਗ ਕੀਤਾ ਹੋਵੇ ਗੇਮ 'ਚ ਜਾਫੀ ਤੁਹਾਨੂੰ ਦੱਸਿਆ ਕਿ ਭਾਜੀ ਜਿਹੜੇ ਪਾਕਿਸਤਾਨ ਸਭ ਤੋਂ ਵੱਡੇ ਜਾਫੀ ਨੇ ਜੇ ਤੁਸੀਂ ਤੰਗ ਕਰਨ ਦੀ ਗੱਲ ਕਰੋ ਪਾਕਿਸਤਾਨ 'ਚ ਮੇਰੇ ਕਾਲਜਾਂ ਦੇ ਵਿੱਚ ਸਜਾਦ ਗੁੱਜਰ ਅਤੇ ਮਿਸ਼ਰਫ ਜਨਵੇ ਤੋਂ ਵੱਡਾ ਜਾਫੀ ਕੋਈ ਨਹੀਂ ਹੋਇਆ ਅਤੇ ਇਹ ਕੋਈ ਵੱਡਾ ਬੋਲ ਨਹੀਂ ਭਾਜੀ ਤੁਸੀਂ ਕੋਈ ਮੈਚ ਐਸਾ ਕੱਢ ਕੇ ਨਹੀਂ ਦਿਖਾ ਸਕਦੇ ਜਿਹਦਾ ਉਹਨਾਂ ਦਾ ਆਪਣੇ 'ਤੇ ਸਟੋਪ ਹੋਇਆ ਹੋਵੇ ਜਦੋਂ ਵੀ ਮੈਂ ਕਬੱਡੀ ਸ਼ੁਰੂ ਕੀਤੀ ਉਹ ਜਾਫੀ ਹੈ ਜਿਹਨਾਂ ਨੇ ਪਾਕਿਸਤਾਨ ਜਾਈ ਤਾਂ ਕੋਈ ਰੇਡਰ ਛੱਡਿਆ ਨਹੀਂ ਜਿਹੜਾ ਵੱਡੇ ਤੋਂ ਵੱਡਾ ਰੇਡਰ ਵੀ ਉਹਨਾਂ ਨੇ ਫੜਿਆ ਮਤਲਬ ਸਦੀਕ ਬਾਟੂ ਨਹੀਂ ਬਾਬਰ ਗੁੱਜਰ ਹੋਣੀ ਭਾਈ ਮਾਨੇ ਹੋਣੀ ਉਹਨਾਂ ਦਾ ਵੱਡਾ ਰੇਡਰ ਪਾਕਿਸਤਾਨ 'ਚ ਕੋਈ ਨਹੀਂ ਹੋਇਆ ਹੀਰਾ ਬਾਡ ਇਹਨਾਂ ਲੇਕਿਨ ਮਿਸ਼ਰਫ ਦਾ ਹਰ ਰੇਡਰ 'ਤੇ ਜੱਫਾ ਹੋਊਗਾ ਲੇਕਿਨ ਗਾਂਹ ਦਾ ਪਤਾ ਨਹੀਂ ਲੇਕਿਨ ਅੱਜ ਦੇ ਦਿਨ ਤੱਕ ਤੁਸੀਂ ਕੋਈ ਮੈਚ ਐਸਾ ਨਹੀਂ ਕੱਢ ਸਕਦੇ ਜਿਹਦੇ 'ਚ ਉਹਨਾਂ ਦਾ ਜੱਫਾ ਹੋਇਆ ਹੋਵੇ ਵੈਸੇ ਵੀ ਫੜਨ ਨੂੰ ਤਾਂ ਭਾਈ ਰਾਸ਼ਦ ਮਲਕ ਹੈ ਉਹਦਾ ਕਈ ਵਾਰੀ ਜੱਫਾ ਹੋ ਗਿਆ ਜਫਰ ਚੈਨੀ ਹੈ ਕਮਲ ਬਾਟ ਆ ਇਹ ਮੁੰਡੇ ਦਾ ਮੈਨੂੰ ਟਫ ਟਾਈਮ ਦਿੰਦੇ ਰਹੇ ਹਾਂਜੀ ਬਾਕੀ ਵੀ ਫੜਨ ਨਿਕਲਣ ਲੱਗੀ ਰਹਿੰਦੀ ਫੜਿਆ ਵੀ ਇਹਨਾਂ ਨੇ ਆਪਾਂ ਨਿਕਲੇ ਵੀ ਕਈ ਐਸੇ ਵੀ ਮੈਚ ਹੋਏ ਜਿਹਨਾਂ ਦੇ ਉਹਨਾਂ ਦਾ ਜੱਫਾ ਹੀ ਨਹੀਂ ਹੋਇਆ ਲੇਕਿਨ ਇਹ ਹੈ ਵੀ ਉਹ ਮੈਨੂੰ ਇੱਕ ਮੈਚ 'ਚ 2 ਜੱਫੇ ਵੀ ਮਾਰੇ ਉਹਨਾਂ ਨੇ ਅਤੇ ਮੈਂ ਬੜੀ ਗੱਲ ਸਮਝਦਾ ਕਿ ਜਿਹੜਾ ਕੋਈ ਜਾਫੀ ਇੱਕ ਵਧੀਆ ਰੀਡਰ ਨੂੰ 2 ਜੱਫੇ ਮਾਰੇ ਮਤਲਬ ਇੱਕ ਮੈਚ ਹਾਂਜੀ ਤੁਸੀਂ ਆਪਣਾ ਦੱਸਣਾ ਚਾਹੁੰਦੇ ਹੋ ਉਹਦੇ ਬਾਰੇ ਦੱਸਣਾ ਬਸ ਮੇਰੀ ਇਹੀ ਵਸੀਮ ਭਾਈ ਹੈ ਕਿ ਵੀ ਜਿੱਦਾਂ ਪਲੇਅਰ ਬੰਦੇ ਨੂੰ ਸੜ ਜੋੜ ਲੱਗਦੀ ਉਹ ਕਦੇ ਵੀ ਦਿਨ ਨਾ ਛੋਟਾ ਕਰੇ ਕਿ ਯਾਰ ਵੀ ਹੁਣ ਪਤਾ ਨਹੀਂ ਬੜੇ ਮੁੰਡੇ ਜਿੱਦਾਂ ਹੁਣ ਫੈਸਲ ਵੱਡੂ ਮੁੰਡਾ ਕਾਫੀ ਦੇਰ ਤੋਂ ਨਹੀਂ ਆਇਆ ਲੇਕਿਨ ਮੇਰਾ ਦਿਲ ਇਹੀ ਕਹਿੰਦਾ ਕਿ ਪਹਿਲਵਾਨ ਬੰਦਾ ਇੰਨੀ ਜਲਦੀ ਖਤਮ ਨਹੀਂ ਹੁੰਦਾ ਜਿਹਦੇ ਉਹ ਦਿਲੋਂ ਨਾਲ ਢੇਰ ਢਾ ਦੇਵੇ ਉਹ ਜਦੋਂ ਵੀ ਮਿਹਨਤ ਲਾਊਗਾ ਉਹਨੇ ਕਿਹੜਾ ਸਿੱਖਣੀ ਹੁੰਦੀ ਹੈ ਭਾਅ ਜੀ ਉਹਨੇ ਫਿਟਨੈਸ ਹੀ ਲਿਆਉਣੀ ਹੁੰਦੀ ਆ ਪਰ ਜਦੋਂ ਵੀ ਫਿੱਟ ਹੋ ਗਿਆ ਪਲੇਅਰ ਹੀ ਪਲੇਅਰ ਹੈ ਲੇਕਿਨ ਇਹ ਆ ਵੀ ਜਦੋਂ ਦਿਲੋਂ ਢੇਰ ਢਾ ਜਾਵੇ ਦਿਲੋਂ ਢੇਰੀ ਬੰਦੇ ਉਦੋਂ ਢਾਉਂਦੇ ਵਸੀਮ ਭਾਈ ਤੁਹਾਡੇ ਨਾਲ ਦੇ ਰਹਿਣ ਵਾਲੇ ਜਦੋਂ ਤੁਹਾਨੂੰ ਡੈਡ ਕਰ ਦੇਣ ਹੁਣ ਤੁਸੀਂ ਮੇਰੇ ਬੈਸਟ ਫਰੈਂਡ ਦੇ ਜੇ ਤੁਸੀਂ ਕਹੀ ਹੋਵੋਗੇ ਨਹੀਂ ਅੱਧੇ ਹੁਣ ਨਹੀਂ ਤੇਰੇ ਕੋਲ ਖੇਡਣੀ ਤੂੰ ਬਸ ਖਤਮ ਆ ਫਿਰ ਬੰਦਾ ਖਤਮ ਹੀ ਆ ਬੰਦੇ ਦੇ ਨਾਲ ਵਾਲੇ ਬੰਦੇ ਨੂੰ ਡਾਊਨ ਕਰਦੇ ਨਾਲ ਵਾਲੇ ਹੀ ਅਪ ਕਰਦੇ ਆ ਅਤੇ ਲੇਕਿਨ ਪਲੇਅਰ ਬੰਦੇ ਨੂੰ ਨਹੀਂ ਚਾਹੀਦਾ ਜਿੰਨੀ ਦਿਲ ਨਾ ਛੱਡੇ ਹਾਂਜੀ ਉਹ ਮਿਹਨਤ ਕਰੇ ਉਹ ਕਿਸੇ ਦਿਨ ਵੀ ਉੱਠ ਸਕਦਾ ਕੋਈ ਟੈਨਸ਼ਨ ਨਹੀਂ ਅੱਛਾ ਤੁਸੀਂ ਮਾਸ਼ਾਅੱਲਾ ਤਿੰਨੇ ਫਕਰੇ ਸਮੁੰਦਰੀ ਕਲੱਬ ਦੇ ਪਲੇਅਰ ਬਾਬਾ ਜਾਨਾ ਬੜੇ ਸਖਤ ਸੁਭਾਅ ਦਾ ਬੰਦਾ ਵਾ ਗਰਾਊਂਡ 'ਚ ਬਾਹਰ ਵੀ ਲੋਕ ਕਹਿੰਦੇ ਆ ਹਾਂਜੀ ਜ਼ਿਆਦਾਤਰ ਤਾਂ ਬੰਦੇ ਲੱਗ ਗਏ ਖਰਾਉਂਦੇ ਵੀ ਨਹੀਂ ਹੈਗੇ ਵੀ ਬਾਬਾ ਪਤਾ ਨਹੀਂ ਕੀ ਸਾਨੂੰ ਕਹੂਗਾ ਮੈਚ ਚੱਲਦੇ ਦੇ ਵਿੱਚ ਵੀ ਅਗਰ ਕੋਈ ਮੈਚ ਦੀ ਪੋਜੀਸ਼ਨ ਤੋਂ ਲੱਗੇ ਵੀ ਮੈਚ ਦੀ ਪੋਜੀਸ਼ਨ ਡਾਊਨ ਜਾਂਦੀ ਤਾਂ ਕਿੰਨੀ ਕੁ ਸਖਤੀ ਕਰਦਾ ਤਾਂ ਤੁਹਾਨੂੰ ਕੋਈ ਗੁੱਸਾ ਲੱਗਦਾ ਵੀ ਉਹ ਕੀ ਅਤੇ ਸਖਤੀ ਦੇਖੋ ਸਾਡੀ ਤਾਂ ਆਦਤ ਬਣ ਗਈ ਹੈ ਬਾਬਾ ਦਿਲ ਦਾ ਐਸਾ ਬੰਦਾ ਨਹੀਂ ਹੈ ਜੀ ਉਹ ਬਹੁਤ ਦਿਲ ਦੇ ਵਧੀਆ ਬੰਦੇ ਆ ਤੁਹਾਨੂੰ ਕਈ ਵਾਰੀ ਗਾਲਾਂ ਕੱਢੀਆਂ ਤੁਸੀਂ ਵੀ ਜਵਾਬ ਦਿੱਤਾ ਲੇਕਿਨ ਦੇਖੋ ਜੀ ਸਾਨੂੰ ਤਾਂ ਕੋਈ ਨਹੀਂ ਸਾਡੇ ਸ਼ਹਿਰ ਦਾ ਐਮ ਪੀ ਏ ਆ ਬਾਈ ਮਮਤਾਜ ਉਹਨੂੰ ਇੱਕ ਵਾਰੀ ਉਹਨੇ ਇੱਥੇ ਸੱਦਿਆ ਸੀ ਉਹਨੂੰ ਕਿਹਾ ਵੀ ਤੁਸੀਂ 4 ਵਜੇ ਆਏ ਉਹ ਐਮ ਪੀ ਏ ਆ ਮਤਲਬ ਜਲਦੀ ਕਿਸੇ ਦੀ ਗੱਲ ਨਹੀਂ ਸੁਣਦਾ ਆਉਂਦਾ ਐਮ ਪੀ ਉਹਨੂੰ ਕਿਹਾ 4 ਵਜੇ ਉਹ 4:30 ਵਜੇ ਆਇਆ ਉਹ ਤਾਂ ਉਹਨੂੰ ਗਾਲਾਂ ਕੱਢਦਾ ਸੀ ਵੀ ਤੈਨੂੰ ਮੈਂ 4 ਵਜੇ ਸੱਦਿਆ ਸੀ ਤੂੰ ਇੱਥੇ 4:30 ਵਜੇ ਫਿਰ ਮਤਲਬ ਐਮ ਪੀ ਏ ਨਹੀਂ ਬੋਲਦਾ ਸੀ ਉਹਦੇ ਕੀ ਬੋਲਣਾ ਭਾਅ ਜੀ ਨਾਲੇ ਉਸਤਾਦ ਦੀਆਂ ਗਾਲਾਂ ਚੋਲਾਂ ਦਾ ਕੋਈ ਨਹੀਂ ਹੁੰਦਾ ਜੀ ਸਗੋਂ ਦੀ ਜੇ ਅਸੀਂ ਥੋੜ੍ਹੇ ਥੱਕ ਜਾਈਏ ਤਾਂ ਮੈਚ ਮੂਜ ਤੇ ਸਾਡਾ ਨਾਮ ਮੂਡ ਹੋਵੇ ਵੀ ਹੁਣ ਰੈਸਟ ਕਰਦੇ ਇੱਕ ਹੱਥ ਸਗੋਂ ਦੀ ਉਹ ਗਾਲਾਂ ਕੱਢ ਕੇ ਧੱਗਿਆਂ ਭੇਜ ਦਿੰਦਾ ਵੀ ਜਾਓ ਤੁਹਾਨੂੰ ਵੀ ਹੋ ਗਿਆ ਮਰ ਗਏ ਮਤਲਬ ਉਸਤਾਦ ਦੀ ਨਹੀਂ ਕੋਈ ਗੱਲ ਨਹੀਂ ਹੁੰਦੀ ਅੱਛਾ ਮੈਚ ਦੇ ਵਿੱਚ ਤੁਸੀਂ ਆਪਣਾ ਕਲੱਬ ਦਾ ਮੈਚ ਖੇਡਦੇ ਹੋਗੇ ਅਤੇ ਬਾਬੇ ਜਾਨੇ ਦਾ ਪੂਰਾ ਰੋਲ ਹੁੰਦਾ ਮੈਚ ਦੇ ਵਿੱਚ ਹਾਂਜੀ ਦੇਖੋ ਉਸਤਾਦ ਦੀ ਗੱਲ ਹੀ ਬੜੀ ਹੁੰਦੀ ਹੈ ਜੇ ਵਸੀਮ ਭਾਈ ਉਸਤਾਦ ਕਹਿ ਦੇਵੇ ਨਾ ਮੈਂ ਬੜੀ ਵਾਰੀ ਮੈਂ ਮਹੀਨਾ ਮਹੀਨਾ ਰੈਸਟ ਕਰਕੇ ਆਉਂਦਾ ਮੈਂ ਆਪਣੇ ਉਸਤਾਦ ਦੀ ਹੋਵੇ ਤਾਂ ਵਧੀਆ ਕਬੱਡੀ ਖੇਡਦਾ ਜੇ ਮੈਂ ਨਾ ਵਾ ਮੈਨੂੰ ਘਰ ਲੈਣਾ ਜਾਂਦਾ ਵਾ ਕਿ ਵੀ ਤੈਨੂੰ ਕੀ ਹੋ ਗਿਆ ਵੀ ਕੋਈ ਟੈਨਸ਼ਨ ਨਹੀਂ ਉਹ ਕਹਿੰਦਾ ਤੂੰ ਸਿਰਫ ਹਫ਼ਤਾ ਕਰਾਉਣ ਆ ਤੈਨੂੰ ਕੋਈ ਨਹੀਂ ਫੜ ਸਕਦਾ ਇਹ ਉਸਤਾਦ ਦੀਆਂ ਗੱਲਾਂ ਬਾਤਾਂ ਹੁੰਦੀਆਂ ਹੈਗੀਆਂ ਬੰਦੇ ਨੂੰ ਵੱਡਾ ਕਰ ਦਿੰਦੀਆਂ ਉਹਨੇ ਬੜੀ ਵਾਰੀ ਮੇਰਾ ਜ਼ਿਹਨ ਬਣਾਇਆ ਭਾਈ ਸਾਜੇ ਹੋਣੀ ਆ ਮੇਰਾ ਇੱਕ ਫਿਸਰ ਨਹੀਂ ਦਿਲ ਹੁੰਦਾ ਮੈਚ 'ਤੇ ਜਾਣ ਨੂੰ ਲੇਕਿਨ ਉਹ ਗੱਲ ਹੀ ਐਸੀ ਸੁਣਾਉਂਦੇ ਆ ਗੱਲ ਹੀ ਤਾਂ ਸਿਰ 'ਤੇ ਹੀ ਹੁੰਦੀ
अच्छा तुम पाकिस्तान के सारे क्लबों में खेडे हो माशाला बाबा जाना बहुत सीनियर जरा वा बहुत सियाना तो बड़ा वाला कोच मिले जाता तू अपने बाबे तो अलावा पाकिस्तान का कोई कोच थी कि कोच जी तुम बड़ा मजा आया मैच खेलने का कि क्लब का मैनू जो पसंद है जिन्होंने मैं शौक ने मैच खेलता रहा ना जी वो 320 जट कबड्डी क्लब है शकीन जट उन्होंने टीम वालों मैं खेडिया जहाँ जोड़ा 32 का क्लब आजाद कबड्डी क्लब छाने सियाल फारी गुजर होने वाला भाई होने वाला उन्होंने आप शौक ना खेडे या जहांगीर के क्लब वालों खेडे हाँ जी ये तिना ज्यादा क्लब वालों आप दिलों शौक ने मैच खेडे जी हमेशा पाकिस्तान के तुम सारे क्लबों वालों खेडे हो सारे कोच वालों हाँ जी तुम्हें कहड़ा वधिया कोच लगा गाइडलाइन देना वा मैच के अच्छी गाइडलाइन देखो मतलब कि असी प्लेयर ही है भी सानू साढ़े बाबे तो अलावा ना जो असं किसी मैच खेलने जाते हैं वो मतलब वो समझते नहीं भी यार भी सानू कभी किसी ने कोई की दबकड़ा दुबकड़ा लेकिन मैं समझदा कि भाई सुभाष बहुत वधिया कोच सी डिसिप्लिन टीम नू टाइम नाल लैके जाना वधिया टीम जोड़नी भाई सुभाष मतलब मैं इस गलों उन्हूं मानना भी वो बड़ी खपत करता वो रात 3 बजे तक भी जागना पवे ना अपनी टीम जोड़न लिये जागता जो साढ़े ना लगा होंगे मतलब सासी मैच खेलते मैं पता ना वो 2 बजे भी गल करता है मैं फलाना मुंडा कर लिया भी वो बहुत खपत करता टीम करता हाँ जी टीम के कोच का होना कि जरूरी होंगे कोच का होना बहुत जरूरी है जी अद्धे कई कोच ऐसे है गुलामबाज बाटा वो पाकिस्तान का बहुत वड्डा कोच है जिन्ना वो प्लेयर का जेन बनाता घट कोच जिन्ना बनाते जी वो थके बंदे का भी जेन बना के वो चंगी गेम करा देता जी हाँ जी वो कोच में मैं बहुत वधिया कोच समझदा जी मैं एक इंटरव्यू पिछले दिता यार कोच का इन्ना तो रोल होंगे भी असी जो मैच फड़ लिया ना तो असं अपने कोच को दसना भी स्टार जी मैच फड़ लिया असी सो जाना वा कोच का रद्दे अमल तुम देख लो कोई वर्ल्ड कप होंगे रहे इंडिया के पहले गुलामबाज बट नहीं जाता रहा साड़ी टीम 50-50 नंबर तो खरी वो बंदा टीम लैके जाता रहा मतलब जेन की गल होंगी ना उन्हें मुंडिया ऐसी गलबात सुनाई मैंने मुंडिया ने दसाया कि भाई ने सूँ की किया तो ही मैंने पता लगता ना होर कि रिश्तेदार से देखा करिए हालांकि असं वह मैच भी नहीं खेडते लेकिन उन्होंने दोवें बारी टीम पाकिस्तान की लड़ाई उन्हें बहुत वधिया रिजल्ट आया चलो टीम हार गई लेकिन कोई मैच तो होया ना वहाँ ने मजा तो लिया इतों ही हिसाब ला लो कि वो कोच बहुत वधिया जी वो अच्छे टिप्स दिता प्लेयर हाँ जी वह जोड़ तोड़ बहुत तगड़ा जी भाजी जरा एक्शन ला तो मेरा मतलब की लाता बड़ी गलत ਤਾਂ ਕਰਕੇ ਭੱਟੀ ਉਹਦੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਜੀ ਅਤੇ ਤੁਸੀਂ ਤਾਂ ਖੈਰ ਹੁਣ ਬਾਹਰ ਖੇਡੇ ਇੱਕੋ ਟੂਰ ਕੀਤਾ ਨੇ ਤਾਂ ਇਸ ਮੌਜੂਦ ਤਾਂ ਪੁੱਛਦੇ ਵੀ ਇੰਡੀਆ ਦੀ ਅਤੇ ਪਾਕਿਸਤਾਨ ਦੀ ਕਬੱਡੀ 'ਚ ਕਿੰਨਾ ਫਰਕ ਆ ਕੋਈ ਫਰਕ ਨਹੀਂ ਭਾਈ ਜਾਂ ਤੁਹਾਡੇ ਸਾਹਮਣੇ ਬੜੇ ਬੰਦੇ ਖੇਡਦੇ ਜੀ ਉੱਥੇ ਜਾ ਕੇ ਖੇਡੇ ਨਹੀਂ ਹੁਣ ਕਿੰਨੇ ਮੁੰਡੇ ਖੇਡਦੇ ਉਹ ਮੁੰਡੇ ਖੇਡਦੇ ਫਿਰ ਵਧੀਆ ਖੇਡਦੇ ਜੀ ਬਾਕੀ ਫਿਰ ਗੇਮ ਦਾ ਵਾਧਾ ਘਾਟਾ ਹਿੱਸਾ ਇਹ ਵੀ ਉਹਨਾਂ ਦੇ ਪਲੇਅਰਾਂ ਨੂੰ ਜ਼ਰਾ ਸਾਡੇ ਪਲੇਅਰ ਨਾਲੋਂ ਜ਼ਿਆਦਾ ਬੈਨੀਫਿਟ ਹੈ ਸਾਡੇ ਤਾਂ ਬਹੁਤ ਬਹੁਤ ਜਿਹੜਾ ਬੰਦਾ ਆਤ ਕਰ ਰਿਹਾ ਉਹ ਉਹ ਵੀ ਬਾਹਰ ਸੱਦਣਗੇ ਉਹਨਾਂ ਦੇ ਤਾਂ ਦਰਮਿਆਨੇ ਪੈ ਬੰਦੇ ਮੇਰੀ ਬਾਹਰ ਕਹਿੰਦੀਆਂ ਮੈਂ ਨਾ ਮਤਲਬ ਉਹਨਾਂ ਦੇਖੋ ਜੀ ਮਾਸ਼ਾਅੱਲਾ ਸਾਡੇ ਇੱਥੇ ਪਾਕਿਸਤਾਨ ਦੇ ਬਾਈ ਫੀਸ ਵੀ ਬਾਹਰ ਗਿਆ ਕਾਫੀ ਗਏ ਜਿਨ੍ਹਾਂ ਦੇ ਉਹ ਐਡੇ ਚੰਗੇ ਮੁੰਡੇ ਬਣੇ ਆ ਜਿਨ੍ਹਾਂ ਨੂੰ ਕਹਿੰਦੇ ਆਮ ਹੀ ਫੜਿਆ ਵਾ ਅਤੇ ਉਹ ਵੀ ਉਹ ਵੀਜ਼ੇ ਲੈ ਕੇ ਬਾਹਰ ਗਏ ਅਤੇ ਪਾਕਿਸਤਾਨ ਦੇ ਜਿਹੜੇ ਬਹੁਤ ਚੰਗੇ ਚੰਗੇ ਪਲੇਅਰ ਉਹਨਾਂ ਦੇ ਵੀ ਪਾਕਿਸਤਾਨੀਆਂ ਦਾ ਬਸ ਥੋੜ੍ਹਾ ਹੈਡੀ ਇਸ਼ੂ ਹੈ ਬਾਕੀ ਬਾਕੀ ਪਾਕਿਸਤਾਨੀ ਇੰਟਰਵਿਊ ਬਹੁਤ ਬਹੁਤ ਚੱਲੀ ਹੋਈ ਸੀ ਇਮਰਾਨ ਉੱਥੇ ਦੇ ਲੋ ਜਮੀ ਦੇ ਕੇ ਸਾਈਆਂ ਨੂੰ ਕੱਲ੍ਹ ਟਾਈਮ ਬਹੁਤ ਜ਼ਿਆਦਾ ਕਿੱਡਾ ਫਰਕ ਨਹੀਂ ਹੈ ਜੀ ਇਹ ਬਸ ਤੁਸੀਂ ਜਾਣਨਾ ਹੋਈ ਇੱਕ ਬੰਦੇ ਨੇ ਜਦੋਂ ਜਾਣਿਆ ਨਹੀਂ ਇੱਕ ਬੰਦਾ ਉੱਥੇ ਜ਼ਿਆਦਾ ਝਾਤਾ ਕੱਢਿਆ ਹੋਇਆ ਜੀ ਪੂਰੇ ਸਾਡੇ ਜਦੋਂ ਬੰਦੇ ਨੇ ਜਾਣਾ ਤਾਂ ਉਹਨੇ ਥੋੜ੍ਹਾ ਪਰੇਸ਼ਾਨ ਤਾਂ ਹੋਣਾ ਪਹਿਲੀ ਵਾਰੀ ਜਦੋਂ ਜਾਣਾ ਬਾਕੀ ਇੱਡਾ ਫਰਕ ਕੋਈ ਨਹੀਂ ਆਪਣਾ ਸ਼ਹੀਦਾ ਵੇਖ ਲਓ ਕਿੱਦਾਂ ਤਗੜਾ ਖੇਡਦਾ ਪਿੰਨੀਆਂ ਮੀਨੂੰ ਖੇਡ ਕੇ ਆਇਆ ਭਾਈ ਮਾਨੇ ਹੋਣੀ ਖੇਡੇ ਅਲੀ ਸ਼ਾਨ ਹੋਣੀ ਆਦਲ ਗਿੰਦੀ ਆਪਣਾ ਮੁੰਡਾ ਉੱਥੇ ਉਹ ਕਿੱਦਾਂ ਮਾਸ਼ਾ ਦਾ ਵਧੀਆ ਖੇਡਣ ਹੈ ਅਤੇ ਤੇਰੇ ਬੰਦੇ ਹੀ ਅਪਗ੍ਰੇਡ ਹੋ ਕੇ ਜਾ ਕੇ ਜਾਣਾ ਸਿਲਟਰੀਸ ਅੱਛਾ ਜਿਹੜੀ ਭਾਈ ਤੁਸੀਂ 16-17 ਵਿੱਚ ਕਬੱਡੀ ਖੇਡੀ 18 'ਚ ਐਡੀ ਅੱਛੀ ਗ੍ਰੇਡ ਲਾਈਨ ਤੁਹਾਡੀ ਸੀਗੀ ਇੰਨੀ ਟ੍ਰੇਨਿੰਗ ਤੁਸੀਂ ਅੱਛੀ ਕੀਤੀ ਆ ਕਿੰਨੇ ਘੰਟੇ ਟ੍ਰੇਨਿੰਗ ਹੋਣੀ ਚਾਹੀਦੀ ਸੀ ਟ੍ਰੇਨਿੰਗ ਵਸੀਮ ਭਾਈ ਜੀ ਸਹੀ ਪੁੱਛੋ ਅਤੇ ਟ੍ਰੇਨਿੰਗ ਮੈਂ ਜਿਹੜੀ ਆਰਮੀ 'ਚ ਇੱਕ ਦੋ ਵਾਰੀ ਕੀਤੀ ਨਾ ਮੈਂ ਉਹਦੇ ਸਿਰ 'ਤੇ ਬੜਾ ਟਾਈਮ ਕੱਟਿਆ ਮੇਰਾ ਬਸ ਉਦੋਂ ਜ਼ਿਹਨ ਵੀ ਕੁਛ ਐਨਦਾ ਸੀ ਮੈਨੂੰ ਇੱਦਾਂ ਹੀ ਲੱਗਦਾ ਸੀ ਵੀ ਮਿਹਨਤ ਬਦਲੇ ਹਿਸਾਬ ਨਾਲ ਮੇਰੀ ਬਹੁਤੀ ਮਿਹਨਤ ਮੇਰੇ ਪਿੰਡ ਦੇ ਦਿਨ ਵੀ ਉਹਨਾਂ ਮੇਰੇ ਖੇਡਣਾ ਹੀ ਆ ਅਸੀਂ ਆਹ ਤੁਹਾਡੇ ਸਾਹਮਣੇ ਤੁਸੀਂ ਆਏ ਜੀ ਕਿੰਨਾ ਖੇਡ ਕੇ ਹਟੇ 80 ਕੋਡੀਆਂ ਦੀ ਟ੍ਰੇਨਿੰਗ ਹੋਈ ਜੀ ਹੁਣ ਇੱਥੇ ਅਸੀਂ ਆਏ ਗਰਾਊਂਡ 'ਚ ਮੈਚ ਲਾਇਆ ਸੀ ਇਹੀ ਅਸੀਂ ਟ੍ਰੇਨਿੰਗ ਜ਼ਿਆਦਾ ਕੀਤੀ ਆ ਲੇਕਿਨ ਉਦੋਂ ਇੱਕ ਉਮਰ ਵੀ ਹੋਰ ਸੀ ਜਿਹੜਾ ਯੰਗ ਉਮਰ ਸੀ ਉਦੋਂ ਜਿਹੜਾ ਲੇਕਿਨ ਹਕੀਕਤ ਇਹੀ ਹੈ ਵੀ ਤੁਹਾਨੂੰ ਸਰੀਰ ਬਹੁਤ ਜ਼ਿਆਦਾ ਨਹੀਂ ਜ਼ਰੂਰਤ ਹੈ ਅਤੇ 500,000 ਤੁਸੀਂ ਡੰਡ ਲਾਉਂਦੇ ਹੋ ਜਿਹੜਾ ਸਾਡੇ ਕੋਲ ਕਦੇ ਨਹੀਂ ਲੱਗਾ ਸਾਨੂੰ ਪਤਾ ਹੀ ਨਹੀਂ ਸੀ ਹੈ ਅਸੀਂ ਤਾਂ 50 ਮਾਰ ਕੇ ਹੀ ਸਮਝਦੇ ਵੀ ਪਤਾ ਨਹੀਂ ਹੀਰ ਕਰਤੀ ਲੇਕਿਨ ਸਾਡੇ ਲੈਵਲ ਦੇ ਬੰਦੇ ਨੂੰ 500,000 ਡੰਡ ਚਾਹੀਦਾ 15-20 ਸ਼ੂਟਾਂ ਲਾਵੇ ਉਹ
जो थोड़ी भी रनिंग करनी उन्हें 5 किलोमीटर करे, नहीं तो ज्यादा से ज्यादा 10 किलोमीटर। कितनी कबड्डी की ट्रेनिंग चाहिए है? कबड्डिया तो जिन्या पा लो थोड़ी, जो तुम अपने को जो 30 कबड्डिया पाने ना, तो तुम बार मैच जाके 10 सौखियां पा सकनी है। इन्ना फर्क है ट्रेनिंग का तो मैच का। मैच का एक स्पैशल भी होंगे, एक बड़ा फर्क होंगे जी। ट्रेनिंग जो तुम 30 कबड्डिया पाने ना, फिर मैच 10 पा पाए। जो तुम अपने ग्राउंड भी 10 पाने तो मैच से जाके 3-4 ही पानी है। हाँ जी, अशफीक बातमी चलते रहे जी, उन्होंने इंटरव्यू करो बारी पुछो, वो 50-50 कबड्डिया पाते रहे ट्रेनिंग के, फिर वो मैच के दूसरे ही पाना होंगे जी। इदा ही मेहनत वाली है वसीम भाई, तभी मेहनत ही होगी तो भार ही ना हो जो। हाँ जी, मेहनत जिनी गल थोड़ी है। लाइफ च बेहतरीन फ्रेंड कि फ्रेंड कबड्डी वाला नहीं सोचती, कबड्डी वाला। कबड्डी वाले सब तो पहले तो मैंने अपने ग्राउंड तो कोई असीज कोई मुंबई नहीं हूँ जेडे साढ़े अपने ग्राउंड ने ना, भावें निका बच्चा भी है वो तो वह मैं कोई नहीं हूँ। आप भट्टी भी नहीं है, मशीन सुनी है, पैसा देनी है, तो वह भी अपना कोई नहीं। तो लावा फिर जो दम दूसरे शहर चीजें बदल वो बना ली जान नहीं बहुत ही। आप इन्ने सलाम वाले बड़े लोगों ना देखा, मैं अपना मतलब बेस्ट फ्रेंड बन गई अपनी। पाकिस्तान आर्मी टीम के कप्तान भी हो? हाँ जी। ये किन्नी दफा कप्तान बड़े जे? मैं तकरीबन 3 टूर्नामेंट खेडे जी, नहीं मैं ही कप्तान हाँ। फिर इस बार नहीं मैं खेडिया नहीं, मेरा जरा दिटारी ठीक भी है ना कर सर मैं हाँ नहीं जी, मैं नहीं गया वो उन्हें कप्तानी की है। लेकिन इस टाइम माशा पाकिस्तान आर्मी की टीम जी है ना, वो बहुत चंगी टीम आ, बहुत फिट टीम हुई है इस टाइम। मैं अगे भी जो बात बचाए सारी टीम हूँ माके लोग। मैं स्थान सीर ने इंटरव्यू किया, उन्हें कहा समझ लो 1999-98 तो बाद जी है ना हूँ टीम बनी साड़ी आर्मी की, उस पीक की टीम साड़ी हूँ बनी है। बहुत वधिया टीम है इस टाइम की आर्मी। किन्ने टूर्नामेंट तो हूँ अगला जरा कुछ सरकारी आर्मी का टूर्नामेंट खेलो तो इन शाला किसा ही नहीं कोच ने दस पिछे रोई गल क्या चोरी इंटरनेशनल आ रही है वो वास्ते कैंप लावा इन शायद। हाँ जी, मतलब टफ टाइम दो इंशाल्लाह। देखो हर बंदे का वसीम भाई दिल करता कि मैं वधिया ही खेडा, किसी का दिन भी नहीं करता मैं माड़ा खेडा। बाकी फिर जिस दिन माला जो हाथ चमकी है वो इन्नो ही बेहतर पता कि अच्छा माशा तुम तिने भरा ही असं तो भरा ही आखा तो नफीस सीनियर जे तो नफीस माशाला बहुत अच्छा पाकिस्तान का इंटरनेशनल प्लेयर आ, तो यदि कामयाबी का की राज है? मेहनत की गल है जी, ये हालांकि हूँ भी वजह सामने ही हिसाब है। मेहनत लगता नहीं पहले तो सियाली लिबड़े जो आना होंगे तो भी थोड़ा वजन बस देखो कुदरती होंगी है साढ़े तो जोर से ना कि हाँ जी साढ़े तो शौक बाद ही इन्हें तकरीबन बरवान बहुत पीता भी शुरू तो यदि पकड़ पकड़ बहुत पत्ती कई बंदे होंगे उन्होंने हाथ बड़ा पक्का होंगे हालांकि देखने सही कहना भी कोई नहीं माड़ा जहा ही है लेकिन जिते हत पाँगा फिर जल्दी बंद को निकल निकल लेकिन बड़ी बनती नहीं है जा फर्क ਅਸੀਂ ਸਵੇਰ ਦੀ ਮਿਹਨਤ ਬਹੁਤ ਕੀਤੀ ਭਾਈ ਤੇ ਹਾਸਪੁਰ ਵਾਲੇ ਗਿਆ ਉੱਧਰ ਆ ਗਏ ਤੇ ਪਹਿਲੀ ਵਾਰੀ ਬੰਦਿਆਂ ਨੂੰ ਥੋੜਾ ਜਿਹਾ ਬੰਦਾ ਬਣਾਇਆ ਤੇ ਫਿਰ ਲੋਕਾਂ ਨੂੰ ਪਤਾ ਲੱਗਾ ਨਫੀਸ ਹੈ ਤੇ ਇਹ ਤਾਂ ਮੈਚ ਹੀ ਖੇਡਿਆ ਇੱਧਰ ਪਤਾ ਨਹੀਂ ਕਿੱਥੇ ਸੀਗਾ ਤੇ ਚਾਰ ਕੇ ਕੱਟੇ ਮਾਰੇ ਆ ਪੁਲਿਸ ਨਾਲ ਮੈਚ ਹੋਇਆ ਸੀਗਾ ਸਟੇਡੀਅਮ ਦੇ ਵਿੱਚ ਹੈ ਸਟੇਡੀਅਮ 'ਚ ਨਾ ਸਟੇਡੀਅਮ 'ਚ ਪੁਲਿਸ ਨਾਲ ਗਿਆ ਸੀ ਖੇਡਣ ਵਾਸਤੇ ਉਹ ਮੈਨੂੰ ਬੜੇ ਬੰਦਿਆਂ ਦੇ ਫੋਨ ਆਏ ਗਏ ਉਸ ਤੋਂ ਬਾਅਦ ਮਾਸ਼ਾਅੱਲਾ ਇਹਨੇ ਬਹੁਤ ਉੱਥੇ ਬੜੇ 4-5 ਜਫੇ ਲਾਏ ਮਾਸ਼ਾਅੱਲਾ ਕੋਈ ਏਅਰ ਫੋਰਸ ਆ ਕਰੇ ਲੇਕਿਨ ਫਿਰ ਭਾਈ ਸਾਜਾ ਜੀ ਉਹਨੇ ਕਹਿੰਦੇ ਏਅਰ ਫੋਰਸ ਹੀ ਕਰਾਉਣ ਉਹ ਮੈਚ ਇਹਨੇ ਦੋ ਖੇਡੇ ਪਹਿਲੀ ਹੋਈ ਗਏ ਉਹਨਾਂ ਦੇ ਬਲਤੇ ਦੇ ਤਾਂ ਆ ਪਤਾ ਤੋ ਪੁੱਤਰ ਦੀ ਇਹਦੀ ਗੋਡ ਲਾ ਕੇ ਵੀ ਬਣੀ ਹੀ ਗਈ ਬਣੇ ਵੀ ਗੋਡ ਲਾ ਖੁੰਦੀ ਬਰ ਜਿਹਦਾ ਭਾਈ ਮਸ਼ਰਫ ਆ ਉਹ ਤੇ ਬੜੇ ਮੈਚ ਜਿੰਨੇ ਉਹਦੇ ਕੋਲ ਨਹੀਂ ਦੇ ਪਾਉਂਦਾ ਦੇਖਣ ਅੰਦਾ ਦੇ ਹੁਕਮ ਨਾਲ ਜਦੋਂ ਕੋਈ ਵੱਡਾ ਟੂਰਨਾਮੈਂਟ ਆਊਗਾ ਸਰਕਾਰੀ ਉਹ ਐਸਾ ਕੰਮ ਪਾ ਦੂਗਾ ਕਿ ਬੰਦੇ ਕਹਾਂਗੇ ਬੰਦੇ ਬੰਦੇ ਅੱਜ ਇਹਦੇ ਸਾਹਮਣੇ ਬੰਦ ਕਰ ਦੇ ਉਹਨੇ ਪਾਇਆ ਨਹੀਂ ਪਹਿਲਾਂ ਪਹਿਲਾਂ ਜੱਫਾ ਇਹਨੇ ਪਾਇਆ ਨਹੀਂ ਬੰਦ ਕਰ ਦੇ ਇਦਾਂ ਕੁਛ ਬੰਦੇ ਹੁੰਦੇ ਉਹਨਾਂ ਦੇ ਮਾਰਾ ਦੀ ਰਹਿਮਤ ਹੁੰਦੀ ਹੈ ਕਿ ਉਹ ਐਸਾ ਕੰਮ ਕਰ ਰਹੇ ਉਹ ਪੂਰੇ ਮੈਚ ਦਾ ਕੋਈ ਜੱਫਾ ਨਹੀਂ ਕਿ ਜਿਹੜਾ ਇਹਨੇ ਮਾਰਤਾ ਉੱਤੇ ਜਿੰਨਰ ਜੱਫਾ ਕੀਤਾ ਉੱਤੇ ਗੱਲ ਖਤਮ ਹੋ ਗਈ ਇਹਨੇ ਅੰਦੇ ਕਈ ਜੱਫੇ ਪਾ ਰਹੇ ਨੇ ਆਪਣੇ ਮਹਿਕਮੇ ਵੱਲੋਂ ਇੱਕ ਸ਼ਬੀਕ ਜਿਸ਼ਤੀ ਦੀ ਆਖਰੀ ਰੇਡ ਸੀ ਉੱਤੇ ਜੇ ਤਾਂ ਉਹਦੇ ਫੈਸਲੇ ਮੈਂ ਦਰਮਾਨ ਸੀ ਸਾਰੇ ਗਏ ਸੀ ਉਹ ਗਰਾਊਂਡ ਤੇ ਸੀਗਾ ਬਾਕੀ ਮੈਚ ਆ ਕੋਈ ਵਾਲੀ ਗੱਲ ਨਹੀਂ ਜਿਸ਼ਤੀ ਬਹੁਤ ਵੱਡਾ ਬਲੀਰ ਆ ਪਾਕਿਸਤਾਨ ਦਾ ਬੜਾ ਜਿਹਨੂੰ ਜੱਫਾ ਹੋ ਜਾਣਾ ਪਈ ਕਿ ਗੱਲ ਨਹੀਂ ਤੁਹਾਨੂੰ ਮੰਨਣਾ ਚਾਹੀਦਾ ਮੈਂ ਤੁਹਾਨੂੰ ਦੱਸਿਆ ਕਿ ਮੇਤੇ ਛਾਨੀ ਬਸਰਾ ਕਮਰ ਬਾਪੇ ਜਬਰ ਜਾਣੀ ਇਹ ਮੈਨੂੰ ਤੰਗ ਕਰਦੇ ਮਤਲਬ ਮੈਂ ਇਹਦੇ ਆਪਣੀ ਕੋਈ ਬਿਸ਼ਤੀ ਤਾਂ ਨਹੀਂ ਸਮਝ ਕੇ ਤੁਹਾਨੂੰ ਦੱਸਿਆ ਵੀ ਯਾਰ ਵੀ ਨਹੀਂ ਜਿਹੜਾ ਬੰਦਾ ਤੰਗ ਕਰਦਾ ਦੱਸਣਾ ਉਹ ਗੁੱਜਰ ਨੇ ਉਦੋਂ ਵਧੀਆ ਜੱਫਾ ਮਾਰਿਆ ਜੀ ਚਿਸ਼ਤੀ ਦੇ ਮਤਲਬ
ਪੂਰਾ ਮੈਚ ਨਹੀਂ ਉਹ ਮਤਲਬ ਫੜਿਆ ਗਿਆ ਲੇਕਿਨ ਜਿੱਥੇ ਇਹਨੇ ਜੱਫਾ ਮਾਰਿਆ ਇਹਨੂੰ ਏਅਰਫੋਰਸ ਨੇ ਚੁੱਕ ਲਿਆ ਉਦੋਂ ਭਾਵੇਂ ਕੁਛ ਤੇ ਮੂੰਹ ਬੁਲਾਉਂਦਾ ਨਹੀਂ ਹੋਵੇ ਵੀ ਤੇਰੀ ਵਜ੍ਹਾ ਤੋਂ ਫੜ ਗਏ ਇੱਦਾਂ ਦੇ ਕਈ ਮੈਚ ਹੋਏ ਇੱਕ ਏਅਰਫੋਰਸ ਦਾ ਸੂਈ ਗਿਆ ਸਾ ਮੈਚ ਹੋਇਆ ਸ਼ਰਾਮ ਫਾਇਦ ਭੁੱਟੋ ਨੇ ਪੂਰੇ ਮੈਚ ਜੱਫਾ ਨਹੀਂ ਕਰਨਾ ਸਾਜੇ ਗੁੱਜੇ ਨੇ ਪੂਰੇ ਮੈਚ ਜੱਫਾ ਨਹੀਂ ਮਾਰਿਆ ਉਹਦੇ ਮੈਚ 'ਚ ਭੁੱਟੋ ਨੂੰ ਜੱਫਾ ਨਹੀਂ ਹੋਇਆ ਭੁੱਟੋ ਨੂੰ ਲੋਕ ਵਾਹ ਵਾਹ ਕਰ ਰਹੇ ਆ ਅਤੇ ਸਾਜੇ ਵੀ ਵਾਹ ਪੈ ਰਹੀਆਂ ਬਾਈ ਮਾਨੇ ਹੋਵੇ ਸਾਜੇ ਇੰਝ ਕਰਦੇ ਉਂਝ ਕਰਦੇ ਦੇਖਣ ਉਹ ਨਹੀਂ ਜੱਫਾ ਹੋ ਰਿਹਾ ਸਾਜੇ ਕੋਲ ਆਖਰੀ ਕਬੱਡੀ ਭੁੱਟੋ ਦੀ ਭੁੱਟੋ ਪੂਰੇ ਮੈਚ ਜੱਫਾ ਨਹੀਂ ਉਹਦੀ ਜਿੱਤ ਹਾਰਦੇ ਫੈਸਲੇ ਆ ਅਲਾਂਗੇ ਜਦੋਂ ਭੱਟੋ ਕੋਟੀ ਪਾ ਗਿਆ ਸਾਰੀ ਦੁਨੀਆ ਰੌਲਾ ਪਾਉਣ ਲੱਗ ਗਈ ਏਅਰਫੋਰ ਵੀ ਸਾਜਾ ਤੂੰ ਲਾ ਗਿਆ ਸਾਜਾ ਤੂੰ ਲਾਇਆ ਭੱਟੋ ਨੂੰ ਪਤਾ ਵੀ ਲੱਗਣਾ ਉਹ ਪਰ ਫਿਰ ਵੀ ਲੱਤ ਫੜ ਗਿਆ ਜੱਫਾ ਕਰ ਗਿਆ ਭੱਟੋ ਨੂੰ ਸਾਰੇ ਸਿਹਰ ਹੋ ਗਏ ਵੀ ਤੂੰ ਇਹ ਕੀ ਕੀਤਾ ਸਾਜੇ ਨੂੰ ਸਾਰਿਆਂ ਨੇ ਚੁੱਕ ਲਿਆ ਇਹ ਕਿਸਮਤ ਦੀ ਗੱਲ ਹੁੰਦੀ ਭਾਈ ਮੈਚ ਦੀ ਲੱਤ ਕਰਾਉਣ ਹੁੰਦੀ ਭਾਜੀ ਕਈ ਬੰਦਿਆਂ ਦੀ ਬਹੁਤ ਫੁੱਟ ਲੱਗ ਹੁੰਦੀ ਹੈ ਆਲੀਸ਼ਾਨ ਹੁਣ ਦਿਲ ਬਾਹਰ ਜਾ ਕੇ ਅੱਲਾ ਦੇ ਮੈਂ ਜੀਵਨ ਨੂੰ ਵਧੀਆ ਬਹੁਤ ਬਿਲਕੁਲ ਅਤੇ ਲੇਕਿਨ ਤੁਸੀਂ ਇਹ ਦੇਖ ਲਓ ਵੀ ਕਹਿੰਦੇ ਸੀ ਸੱਟ ਲੱਗੀ ਖੇਡ ਨਹੀਂ ਸਕਦਾ ਲੇਕਿਨ ਬਾਹਰ ਜਾ ਕੇ ਉਹ ਐਡੇ ਹੀ ਚੰਗਾ ਖੇਡ ਗਿਆ ਮਾਸ਼ਾ ਅੱਲਾ ਬਹੁਤ ਵਧੀਆ ਖੇਡ ਗਿਆ ਅੱਛਾ ਹੁਣ ਅੱਗੇ ਮਾਸ਼ਾ ਆਸਟ੍ਰੇਲੀਆ ਸੀਜ਼ਨ ਖਤਮ ਹੋ ਗਿਆ ਅਤੇ ਅੱਗੇ ਤੁਸੀਂ ਬਾਹਰ ਦੇ ਸੀਜ਼ਨ ਵਾਸਤੇ ਅਪਲਾਈ ਕੀਤਾ ਕਿਸ ਮੌਕੇ ਬਾਹਰ ਤਾਂ ਅਪਲਾਈ ਹੀ ਨਹੀਂ ਵਸੀਮ ਭਾਈ ਕੀਤਾ ਕਿਉਂਕਿ ਆਪਾਂ ਇੰਨੇ ਬੰਦੇ ਨੇ ਆਪਾਂ ਹੁਣ ਕਿਸੇ ਦਾ ਮਤਲਬ ਇੰਨੇ ਤਰਲੇ ਮਿੰਟਾਂ ਵੀ ਨਹੀਂ ਕਰ ਸਕਦੇ ਕਿ ਯਾਰ ਜੀ ਕੁਛ ਕਰੋ ਜਿਹੜੇ ਪਲੇਅਰ ਵਾਧਾ ਘਾਟਾ ਵੀ ਕਰ ਲੈਂਦੇ ਆ ਤਰਲਾ ਮਿੰਟਾਂ 'ਚ ਮਾਰ ਲੈਂਦੇ ਆ ਆਪਣੀ ਇਹ ਕੁਛ ਨਹੀਂ ਆਪਣੀ ਇਹੀ ਕੁਛ ਹੈ ਯਾਰ ਵੀ ਆਪਣੀ ਮਿਹਨਤ ਹੈ ਉਸ ਹਾਲ ਦੇ ਜਾਣੀ ਆਪਾਂ ਕਹਿੰਦੇ ਵੀ ਆਪਾਂ ਮੈਚ ਵਧੀਆ ਖੇਡੀਏ ਜੇ ਆਪਣਾ ਹੱਕ ਹੋਇਆ ਤਾਂ ਆਪਾਂ ਜਾਵਾਂਗੇ ਜੇ ਨਹੀਂ ਤਾਂ ਫਿਰ ਜਾਣ ਦਾ ਫਾਇਦਾ ਵੀ ਨਹੀਂ ਕਿਉਂਕਿ ਜੇ ਤੁਸੀਂ ਵਧੀਆ ਤਾਂ ਬਾਈ ਤੁਸੀਂ ਬਾਹਰ ਜਾਓ ਤੁਸੀਂ ਕਿਸੇ ਦਾ ਐਵੇਂ ਤਰਲਾ ਮਿੰਟ ਕਰਕੇ ਬਾਹਰ ਜਾਣ ਦਾ ਫਾਇਦਾ ਨਹੀਂ ਇੰਨਾ ਤੁਹਾਡਾ ਦਿਲ ਟੁੱਟਦਾ ਨਾ ਨਸੀਮ ਭਾਈ ਜੇ ਸੁੱਧੂ ਬੰਦਾ ਬਾਹਰ ਚੱਲ ਜਾਵੇ ਫਿਰ ਛਿੱਤਰ ਹੀ ਇੰਨਾ ਫਿਰਦਾ ਬੰਦਾ ਕਹਿੰਦਾ ਰੱਬਾ ਜਿਹੜੇ ਤਰੀਕੇ ਨਾਲ ਜਾਣ ਛੜਾ ਇਸ ਲਈ ਆਪਣੀ ਇਹੀ ਕੁਛ ਹੈ ਜੇ ਤਾਂ ਆਪਾਂ ਇੰਨੇ ਜੋਗੇ ਹੋਏ ਤਾਂ ਆਪਾਂ ਜਾਵਾਂਗੇ ਨਹੀਂ ਤਾਂ ਫਿਰ ਕੋਈ ਨਹੀਂ ਬੁੱਤਾ ਲੱਗ ਨਹੀਂ ਰਿਹਾ ਮੈਚ ਬਹੁਤ ਘੱਟ ਸਟਰਾਈਕ ਬਣਾਉਂਦੇ ਹੋ ਬਸ ਆਦਤ ਨਹੀਂ ਵਸੀਮ ਭਾਈ ਬਸ ਜੀ ਨਹੀਂ ਚੱਲਦਾ ਨਾ ਇੰਨਾ ਬੁਰਾ ਜਿਹਾ ਲੱਗਦਾ ਵੀ ਫਿਰ ਨਹੀਂ ਯਾਦ ਨਹੀਂ ਕੋਈ ਵਜ੍ਹਾ ਹੁੰਦੀ ਹੈ ਕਦੀ ਕਿਤੇ ਬਣਾਇਆ ਆਹ ਕਦੀ ਕਿਤੇ ਐਕਸ਼ਨ ਕਰਦੇ ਹੋ ਪਰ ਘੱਟ ਕਰਦੇ ਹੋ ਸੌ 'ਚ ਕਿਤੇ ਮੈਚ ਦੇ ਇੱਕ ਵਾਰੀ ਜਿੱਦਾਂ ਮਿਸ਼ਰਫ ਭਾਈ ਉਹਨਾਂ ਨੇ ਵੀ ਨਹੀਂ ਕਦੀ ਮਾਰਿਆ ਲੇਕਿਨ ਜਦੋਂ ਕਿਤੇ ਜਗ੍ਹਾ 'ਤੇ ਮਾਰਿਆ ਵੀ ਉਹਨੇ ਵੀ ਕਦੀ ਕਿਤੇ ਕੋਈ ਪੂਰੀ ਬਣ ਜਾਂਦੀ ਲੇਕਿਨ ਆਪਣਾ ਸ਼ੌਕ ਨਹੀਂ ਹਰ ਇੱਕ ਦਾ ਸਟਾਈਲ ਬਣ ਜਾਂਦਾ ਨਾ ਸਾਡਾ ਇਹੀ ਸਟਾਈਲ ਆ ਬੰਦੇ ਕਹਿੰਦੇ ਯਾਰ ਉਹ ਕੋਈ ਸਟਾਈਲ ਨਹੀਂ ਮਾਰਦੇ ਇਹਨਾਂ ਦਾ ਵੀ ਇਹ ਸਟਾਈਲ ਆ ਵੀ ਇਹ ਸਾਦਾ ਹੀ ਰਹਿੰਦੇ ਆ ਅਤੇ ਕਿਸੇ ਬੰਦੇ ਨੂੰ ਸਟੈਪ ਹੋਏ ਨਾ ਵੀ ਮਾਰ ਰਹੇ ਆਪਣੇ ਬਸ ਸ਼ੁਰੂ ਤੋਂ ਨਹੀਂ ਯਾਰ ਬਾਲਣ ਦੀ ਕੋਸ਼ਿਸ਼ ਵੀ ਕੀਤੀ ਨਹੀਂ ਸਟੈਂਡ ਅੱਛਾ ਮੈਚ ਖੇਡਣ ਚਲੇ ਜਾਂਦੇ ਹੋ ਕਦੇ ਦਿਲ ਕਰਦਾ ਵੀ ਜਦੋਂ ਮੈਚ ਨਹੀਂ ਖੇਡਣਾ ਹੈਗਾ ਤਾਂ ਚਲੇ ਵੀ ਗਏ ਹਾਂ ਅਤੇ ਵੀ ਅੱਜ ਮੈਂ ਕੋਡੀਆਂ ਦੋ ਹੀ ਪਾਵਾਂ ਚਾਰ ਹੀ ਪਾਵਾਂ ਕਿ ਜੇ ਚਲ ਗਏ ਤਾਂ ਫਿਰ ਖੇਡਣਾ ਹੀ ਆ ਮੈਂ ਬਹੁਤੇ ਮੈਚ ਇੱਦਾਂ ਹੀ ਖੇਡਿਆ ਕਿ ਮੇਰਾ ਇਹੀ ਜਿਹੜੇ ਮੈਚਾਂ ਤੋਂ ਲੈ ਗਏ ਕਿਆ ਕੁੱਤੇ ਵੀ ਚੱਲੀਏ ਮੈਂ ਅਕਸਰ ਮੈਂ ਤਾਂ ਰਣਜੀਤ ਭਾਈ ਬੈਸ ਵੀ ਹੋ ਜਾਂਦਾ ਗਿਆ ਇੱਧਰ ਇੱਕ ਦਿਹਾੜੀ ਵਾਲੀ ਸਾਈਡ 'ਤੇ ਭਾਈ ਮਾਣੇ ਦਾ ਮੈਚ ਸੀ ਸਾਡੇ ਨੇ ਕਿਹਾ ਵੀ ਉਹਦੇ ਮਹੀਨਾ ਹੋ ਗਿਆ ਯਾਰ ਭਾਈ ਜੀ ਉਹਨੇ ਟ੍ਰੇਨਿੰਗ ਨਹੀਂ ਕੀਤੀ ਉਹਨੇ ਕਿਹਾ ਨਹੀਂ ਜਾਣਾ ਹੀ ਜਾਣਾ ਉਹ ਅਸੀਂ ਚਲੇ ਗਏ ਜਾਗੀ ਨਾ ਮੈਚ ਸੀ ਤਿੰਨ ਹੀ ਅਸੀਂ ਕਬੱਡਰ ਸੀ ਅਤੇ ਮੈਂ ਉਸੇ ਡੈਸਟ ਹੋ ਮੈਂ ਦਿੱਤਾ ਹੀ ਨਹੀਂ ਹੋਇਆ ਅਤੇ ਭਾਈ ਮਾਨਾ ਵੀ ਆਪਾਂ ਇੰਨਾ ਬੜਾ ਪਿਆਰ ਕਰਦਾ ਸੀ ਉਹ ਕਹਿੰਦਾ ਯਾਰ ਵੇਲਾ ਜੇ ਤੂੰ ਮਹੀਨਾ ਟ੍ਰੇਨਿੰਗ ਨਹੀਂ ਕੀਤੀ ਤਾਂ ਤੂੰ ਬੈਸਟ ਹੋ ਸਕਦਾ ਜੇ ਤੂੰ ਮਿਹਨਤ ਕੀਤੀ ਤਾਂ ਫਿਰ ਕੀ ਹੁੰਦਾ ਵੀ ਨਹੀਂ ਤਾਂ ਅੰਦਾ ਦੇ ਕੰਮ ਆਉਂਦੇ ਸੀ ਭਾਈ ਐਮਜ਼ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਯਾਦਗਿਰੀ ਮੈਚ ਮੈਚ ਬੜੇ ਖੇਡੇ ਜੀ ਮੈਚ ਕੋਈ ਯਾਦਗਿਰੀ ਵਾਕਿਆ ਕਬੱਡੀ ਦਾ ਮੈਚ ਦਾ ਉੱਦਾਂ ਮੈਚ ਇੱਥੇ ਕੱਤੀ ਪਠਾਣਾ ਵਾਲੇ ਮਸਲਾ ਵਾਲੀ ਕੱਤੀ ਇੱਥੇ ਪਤਾ ਨਹੀਂ ਕਿਹੜੀ ਆ ਪਠਾਣਾ ਵਾਲੀ ਕੱਤੀ ਹਾਂਜੀ ਉੱਥੇ ਮੈਚ ਖੇਡੇ ਆ ਅਤੇ ਕੋਈ ਮੈਚ ਜਿਹੜੇ ਵੀ ਮੈਚ ਦੇ ਵੱਡੇ ਜਾਪੀ ਉਹ ਭਾਈ ਸਿਆਲ ਨਹੀਂ ਵਿਛੜ ਪਠਾਵਾ ਅੱਛਾ ਹੁਣ ਤਾਂ ਭਾਈ ਵੀਰ ਦਿਨਾਂ ਭਾਈ ਅੱਜ ਤੱਕ ਪਿੰਡਾਂ ਦੀ ਟੀਮਾਂ ਬਹੁਤ ਘੱਟ ਗਈਆਂ ਬਿਲਕੁਲ ਕਲੋਗ ਜਿਹਨਾਂ ਨੂੰ ਕਹਿੰਦੇ ਵੀ ਖਤਮ ਹੋ ਗਈਆਂ ਮਾਰਸ਼ਲ ਅੱਜ ਵੀ ਜਿਹੜੀ ਵਿਲੇਜ ਦੀ ਟੀਮ ਤੁਹਾਡੀ ਬਹੁਤ ਬਿਹਤਰੀਨ ਹੈਗੀ ਆ ਅਤੇ ਇਹਨਾਂ ਦੇ ਬਾਰੇ ਤੁਸੀਂ ਦੱਸੋ ਵੀ ਟੂਰਨਾਮੈਂਟ ਜਾਂ ਕਬੱਡੀ ਦੀ ਪ੍ਰਮੋਸ਼ਨ ਵਾਸਤੇ ਕਬੱਡੀ ਜ਼ਿਆਦਾ ਵਧਣ ਵਾਸਤੇ ਇਹਦੇ ਬਾਰੇ ਤੁਸੀਂ ਦੱਸੋ ਵੀ ਇਹ ਪਿੰਡਾਂ ਦੀ ਜਿਹੜੀ ਟੀਮਾਂ ਆ ਵਿਲੇਜ ਟੂਰਨਾਮੈਂਟ ਹੋਣੇ ਚਾਹੀਦੇ ਆ ਤਾਂ ਕਿ ਪਿੰਡਾਂ ਦੀ ਟੀਮਾਂ ਦੁਬਾਰਾ ਬਣਨ ਵੈਸੇ ਵੀ ਭਾਈ ਹੋਣੇ ਚਾਹੀਦੇ ਆ ਮਾਸ਼ਾ ਮੈਂ ਤੁਹਾਡੀ ਗੱਲ ਲਾਇਆ ਮੈਂ ਤੁਹਾਡੇ ਬੰਦੇ ਕਰਾਉਂਦੇ ਨਹੀਂ ਪਤਾ ਕੀ ਆ ਬੰਦੇ ਕਹਿੰਦੇ ਪੈਸੇ ਜੋ ਲਾਏ ਆ ਫਿਰ ਵਧੀਆ ਮੈਚ ਹੀ ਦੇਖ ਲਈਏ ਹਾਲਾਂਕਿ ਕਰਾਉਣੇ ਚਾਹੀਦੇ ਆ ਬੜੇ ਜਿਹੇ ਮੁੰਡੇ ਜਿਹਨਾਂ ਨੂੰ ਮੌਕਾ ਨਹੀਂ ਲੱਭਣਦੇ ਸਿਰਫ ਇਸ ਮੈਚ ਤੋਂ ਇਹ ਪ੍ਰਾਈਵੇਟ ਓਪਨ ਮੈਚ ਹੁੰਦੇ ਆ ਲੋਕ ਵਧੀਆ ਵਧੀਆ ਮੁੰਡੇ ਜਿਹੜੇ ਨਾਂ ਵਾਲੇ ਉਹਨਾਂ ਨੂੰ ਖਿਡਾ ਲੈਂਦੇ ਆ ਅਤੇ ਪਿੰਡਾਂ ਥਾਵਾਂ ਦੇ ਮੈਚ ਨਾ ਆਉਣ ਦੀ ਵਜ੍ਹਾ ਨਾਲ ਜਿਹੜੇ ਨਵੇਂ ਮੁੰਡੇ ਉਹਨਾਂ ਦਾ ਪਤਾ ਨਹੀਂ ਲੱਗਦਾ ਹੁਣ ਦੇਖੋ ਅਸੀਂ ਪਿੰਡਾਂ ਦੇ ਮੈਚ ਹੀ ਖੇਡੇ ਅਤੇ ਸਾਨੂੰ ਮਤਲਬ ਦੋ ਕਿੰਦਰ ਬਾਅਦ ਮੈਚ ਖਿਡਾਉਣ ਲੱਗੇ ਸਾਨੂੰ ਫਿਰ ਡਾਇਰੈਕਟ ਕਿਸੇ ਨੇ ਓਪਨ ਪਾਉਣ ਲੱਗ ਗਏ ਇਸ ਲਈ ਬੜੇ ਜਿਹੇ ਮੁੰਡੇ ਪਿੰਡਾਂ 'ਚ ਐਸੇ ਹਨ ਜਿਹੜਾ ਬੜਾ ਬੜਾ ਟੈਲੈਂਟ ਆ ਬੜੇ ਬੜੇ ਸਟਾਰ ਵਾਣ ਵਾਲੇ ਵਾਕੇ 'ਚ ਵਧੀਆ ਮੈਚ ਖੇਡਣ ਵਾਲੇ ਨੇ ਉਹਨਾਂ ਨੂੰ ਜਾਣਾ ਨੂੰ ਘੱਟ ਮੌਕਾ ਲੱਭਣ ਮਿਲਿਆ ਸਿਰਫ ਕਿ ਜੀ ਵਿਲੇ ਸਿਸਟਮ ਨੂੰ ਉਹਨਾਂ ਨੂੰ ਫੋਨ ਹਟ ਗਏ ਉਹਦੇ ਸਿਸਟਮ ਹੁਣ ਵੀ ਹੋਣ ਲੱਗੇ ਸਾਡੀ ਟੀਮ ਹੁਣ ਵੀ ਚੰਗੀ ਹੋਊ ਅਤੇ ਖੁਰਾਕ ਦੀ ਕੀ ਮੈਨੇਜਮੈਂਟ ਕਰਦੇ ਖੁਰਾਕ ਭਾਈ ਆਮ ਹੀ ਹੈ ਜੋ ਬੰਦੇ ਖਾਂਦੇ ਆ ਲੇਕਿਨ ਇਹ ਵੀ ਕਦੀ ਕਿਤੇ ਜੇ ਕੋਈ ਇਵੈਂਟ ਹੋਵੇ ਵਧੀਆ ਇਵੈਂਟ ਹੋਵੇ ਜਿੱਦਾਂ ਨੈਸ਼ਨਲ ਹੋਵੇ ਉਦੋਂ ਫਿਰ ਇੱਦਾਂ ਪ੍ਰੋਪਰ ਪਲੇਅਰ ਰੂਟੀਨ ਨਾਲ ਖਾਣ ਲੱਗ ਜਾਂਦੇ ਕੈਂਪਾਂ ਕੁੰਪਾਂ 'ਚ ਜਾ
ਤਾਂ ਤੁਸੀਂ ਕਿੰਨਾ ਕੁ ਵਸਨ ਦੇ ਰਹੇ ਹੋ ਕਬੱਡੀ ਗਾਹ ਕਿੰਨੀ ਕੁ ਅੱਛੀ ਵਧੀਆ ਖੇਡੂੰਗੇ ਆਰਾਮ ਇੰਨਾ ਪਹਿਲਾਂ ਵੀ ਪਿਆ ਸੀ ਫਿਰ ਸੀ ਇੰਜਰੀ ਉਹੀ ਗੱਲ ਬਤਾਈ ਜਾਤੀ ਨੇ ਪਹਿਲੇ ਦੱਸੀ ਕਿ ਇੰਜਰੀ ਛੋਟੀ ਮੋਟੀ ਪਰ ਇਹਨਾਂ ਨੇ ਆਉਂਦੀ ਰਹਿੰਦੀ ਭਾਈ ਹਾਂਜੀ ਲੇਕਿਨ ਇਹ ਹੈ ਕਿ ਉਹਦੇ ਨਾਲ ਬੰਦੇ ਸਮਝਦੇ ਕਿ ਬਾਈ ਕੌਡੀ ਮੁੱਕ ਗਈ ਆਮ ਲੋਕ ਇਹ ਕਹਿੰਦੇ ਲੇਕਿਨ ਕੌਡੀ ਭਾਈ ਬੰਦੇ ਜਿਹਨੇ ਮੁੱਕਦੀ ਸਿਰਫ ਬੰਦਾ ਬਾਅਦ ਦਿਨ ਹੋ ਗਿਆ ਦੋ ਹਫ਼ਤੇ ਹੋ ਗਿਆ ਟ੍ਰੇਨ ਤਾਂ ਅੱਜ ਨੇ ਫੇਟਿਆ ਹੁਣ ਮਾਸ਼ਾਅੱਲਾ ਬਿਲਕੁਲ ਸਾਨੂੰ ਪਤਾ ਉਹਨੇ ਸਦਾ ਜਿਹੜੇ ਮੈਂ ਚਾਹੁੰਦੇ ਤੁਸੀਂ ਵੀ ਦੇਖ ਲਿਓ ਬਾਅਦ ਰਣਾ ਅਤੀ ਰੇਡਰ ਹੈ ਪਾਕਿਸਤਾਨ ਦੇ ਵਿੱਚ ਜਿਹੜਾ ਦੋ ਹਫ਼ਤਿਆਂ ਦਾ ਵੀ ਫਿੱਟ ਹੋ ਜਾਂਦਾ ਅਸੀਂ ਇੱਥੇ ਜਦੋਂ 30 ਕੌਡੀਆਂ ਸਾਨੂੰ ਪਾ ਟ੍ਰੇਨ ਜਾਤੀ ਨੇ ਬਾਅਦ ਦੀਆਂ ਇਹਨਾਂ ਦੇ ਮੈਚ ਦੇ ਵਿੱਚ ਅਲਹਮਦੁਲਿਲਾ ਚਲੋ ਰੱਬੋ ਮਾੜੀ ਕਿਸਮਤ ਚਲੋ ਹੁੰਦੀ ਹੈ ਰੱਬ ਵਾਲੋ ਲੇਕਿਨ ਉੱਦਾਂ ਜੱਫਾ ਸਾਨੂੰ ਪਤਾ ਹੁੰਦਾ ਕਿ ਨਹੀਂ ਹੋਣਾ ਆਪਣੀ ਪੁਆਇੰਟ ਕਲੀਅਰ ਹੈ ਅਲਹਮਦੁਲਿਲਾ ਪੂਰਾ ਫਿੱਟ ਜਾਂਦਾ ਤਾਂ ਕੌਡੀ ਭਾਈ ਬਹੁਤ ਦੇਰ ਪਾਇਆ ਤੀ ਮੇਨ ਪਾਇਆ ਤੀ ਹਮ ਉਮਰ ਥੋੜ੍ਹਾ ਬਹੁਤਾ ਪਾਇਆ ਤੀ ਫਰਕ ਹੋਣਾ ਉਮਰ ਇੰਨੀ ਉਮਰ ਹੈ ਨਹੀਂ ਬਾਤ ਨਹੀਂ ਇਨਸ਼ਾ ਅੱਲਾ ਫਿੱਟ ਹੋ ਜਾਏਗਾ 26 ਤਰੀਕ ਨੂੰ ਅੱਲਾ ਦੇ ਫਸਲ ਕਰਾਂ ਤਗੜੀਆਂ ਕੌਡੀਆਂ ਪਾਏਗਾ ਇਨਸ਼ਾ ਇਨਸ਼ਾ ਅੱਲਾ 26 ਨੂੰ ਪਹਿਲਾ ਮੈਚ ਖੇਡਦੇ ਦੁਬਾਰਾ ਜੇ ਦੁਬਾਰਾ ਤੋਂ ਪਹਿਲੇ ਬੰਦਾ ਕੁਛ ਨਹੀਂ ਯਾਦ ਹੋਏਗਾ ਲੇਕਿਨ ਜੋਰ ਇਸ ਹਿਸਾਬ ਨਾਲ ਮਾਰਨੇ ਵੀ ਵਧੀਆ ਖੇਡਾਂਗੇ ਲੇਕਿਨ ਫਿਰ ਮੈਚ ਦਾ ਥੋੜ੍ਹਾ ਫਰਕ ਵੀ ਹੁੰਦਾ ਤੁਸੀਂ ਬਾਈ ਜਦੋਂ ਤੁਸੀਂ ਪਹਿਲਾਂ ਇੱਕ ਦੋ ਮੈਚ ਖੇਡਦੇ ਨਾ ਦੇਰ ਬਾਅਦ ਫਿਰ ਵਾਧਾ ਘਾਟਾ ਹੋ ਵੀ ਜਾਂਦਾ ਲੇਕਿਨ ਫਿਰ ਵੀ ਪੜ੍ਹਾਈ ਜੀ ਦੇਖ ਲਓ ਵੀ ਚੰਗਾ ਹੀ ਖੇਡਾਂਗੇ ਲੇਕਿਨ ਜੇ ਹੋ ਵੀ ਗਾ ਵਾਧਾ ਘਾਟਾ ਉਹਦੇ 'ਚ ਆਪਾਂ ਸਟੈਂਡ ਉਹਨੇ ਗੇਮ ਹੀ ਇਸ ਤਰ੍ਹਾਂ ਦੀ ਭਰ ਜੀ ਉਹ 'ਚ ਤਤਾਓ ਚੜਾਓ ਤਾਂ ਫਿਰ ਹੁੰਦਾ ਹੀ ਆ ਮੈਂ ਕਹਿੰਦਾ ਤੁਸੀਂ 4-5 ਮੈਚ ਖੇਡੇ ਨੇ ਤੁਸੀਂ ਸੈੱਟ ਹੀ ਸੈੱਟ ਆ ਮੈਂ ਮਤਲਬ ਮੈਂ ਕਹਿੰਦਾ ਮੈਂ ਟ੍ਰੇਨਿੰਗ ਦਾ ਭਾਈ ਸਾਜਨ ਬਹਾਨਾ ਮਾਰਨਾ ਮੈਂ ਮਿਹਨਤ ਨਹੀਂ ਉਹਨੇ ਕਹਿੰਦਾ ਕੋਈ ਨਹੀਂ ਆਪਾਂ 4-5 ਮੈਚ ਖੇਡਦੇ ਤੂੰ ਠੀਕ ਹੀ ਠੀਕ ਕਈ ਵਾਰੀ ਮੈਂ ਟ੍ਰੇਨਿੰਗ ਕੀਤੀ ਉਹਨੇ ਮੈਨੂੰ ਡਾਇਰੈਕਟ ਹੀ ਮੈਚ ਖੜਾ ਕੇ ਵਿਕਟ ਦਾ ਦਿੱਤਾ ਅਤੇ ਤੂੰ ਜਾਣਾ ਹੀ ਜਾਣਾ ਮੈਚ ਦੇ ਹੁਣ ਕੁਦਰਤੀ ਇੰਝ ਹੋਇਆ ਵੀ ਨਹੀਂ ਤਾਂ ਹੁਣ ਵੀ ਮੈਨੂੰ ਅਨਫਿਟ 'ਚ ਵੀ ਸ਼ਾਇਦ ਮੈਨੂੰ ਮੈਚ ਖੇਡਣੇ ਪੈ ਜਾਂਦੇ ਜਿਹਦਾ ਦੀ ਖਾਤਰ ਮੈਂ ਮੈਚ 'ਤੇ ਜਾਵਾਂ ਜਿਹਨਾਂ ਰੱਬੀ ਉਹ ਬੰਦੇ ਥੋੜ੍ਹੇ ਜਿਹਾ ਆਊਟ ਆ ਜਿੱਦਾਂ ਹੁਣ ਅਲੀ ਸ਼ਾਨ ਆ ਗਿੱਲ ਹੋਣੀ ਸੀ ਉਹ ਹੀ ਮੈਨੂੰ ਬਹੁਤਾ ਫੋਰਸ ਕਰਦੇ ਆ ਉਹ ਇੱਥੇ ਹੈ ਨਹੀਂ ਜੀ ਭਾਈ ਸਾਜਾ ਕੁਦਰਤੀ ਉਹ ਬੁੱਧ ਉਹ ਠੀਕ ਨਹੀਂ ਜਦੋਂ ਸੜਫੁੜ ਲੱਗੀ ਉਹ ਵੀ ਨਹੀਂ ਸੀ ਮੈਚਾਂ 'ਤੇ ਜਾ ਰਿਹਾ ਇਸ ਕਰਕੇ ਮੇਰੀ ਜਿਹੜਾ ਥੋੜ੍ਹੀ ਬਹੁਤ ਲੰਬੀ ਰਹਿ ਸਕਦੀ ਜੇ ਇਹ ਬੰਦੇ ਇੱਥੇ ਹੁੰਦੇ ਫਿਰ ਸ਼ਾਇਦ ਮੈਨੂੰ ਵੈਸ਼ ਕਰਨ ਨਹੀਂ ਹੋਵੇਗਾ ਅੱਛਾ ਭਾਈ ਤੁਸੀਂ ਦੱਸੋ ਤੁਸੀਂ ਗੱਗੋ ਮੰਡੀ ਜਿਹੜਾ ਨਾ ਬੜਾ ਯਾਦਗਾਰੀ ਮੈਚ ਖੇਡਿਆ ਕਿੰਨੀ ਟ੍ਰੇਨਿੰਗ ਤੁਸੀਂ ਉਸ ਮੈਚ ਵਾਸਤੇ ਟੂਰਨਾਮੈਂਟ ਵਾਸਤੇ ਕੀਤੀ ਭਾਈ ਟ੍ਰੇਨਿੰਗ ਬਹੁਤ ਯਾਦਗਾਰੀ ਮੈਚ ਸੀ ਟ੍ਰੇਨਿੰਗ ਮੈਂ ਸ਼ੁਰੂ ਤੋਂ ਬੇਵਾ ਕਰਦਾ ਆ ਮੇਰੇ ਦੋ ਵੀਰ ਬੈਠੇ ਇਹਨਾਂ ਨੂੰ ਪੁੱਛ ਲਓ ਕਿ ਆਪਾਂ ਟ੍ਰੇਨਿੰਗ 'ਤੇ ਕਦੇ ਨਹੀਂ ਪੁੱਜੇ ਟ੍ਰੇਨਿੰਗ ਫੁੱਲ ਕੀਤੀ ਔਰ ਉਸ ਮੈਚ ਵਾਸਤੇ ਫੁੱਲ ਕੀਤੀ ਸੀਗੀ ਯਾਰ ਗੱਗੋ ਮੰਡੀ ਮੈਚ 'ਤੇ ਜਾਵਾਂ ਇਨਸ਼ਾਅੱਲਾ ਟ੍ਰੇਨਿੰਗ ਦਾ ਇਹ ਹਿਸਾਬ ਖਰਾਬ ਕਈ ਬੰਦਿਆਂ ਦਾ ਤੁਸੀਂ ਬਾਈ ਕੁਦਰਤ ਉਦੋਂ ਹੀ ਥੋੜ੍ਹਾ ਬਹੁਤਾ ਫਨ ਹੁੰਦਾ ਟੈਲੈਂਟ ਹੁੰਦਾ ਨਾ ਅੱਲਾ ਵਾਲੇ ਉਹਨੇ ਜੈਸਾ ਨੂਰ ਹੁੰਦਾ ਨਾ ਵੀ ਮਿਹਨਤ ਨੂੰ ਵਧੀਆ ਖੇਡਦੇ ਆ ਲੇਕਿਨ ਕਈ ਕਬੱਟਰ ਐਸੇ ਦੇ ਤੁਹਾਨੂੰ ਤੁਹਾਡਾ ਭੱਜੀ ਆ ਇਹਨੇ ਮਿਹਨਤ ਨਾਲ ਹੀ ਖੇਡੀ ਆ ਵੀ ਖਾ ਰਹੇ ਹੁਣ ਤੋਂ ਰਹਿ ਗਿਆ ਪਹਿਲੇ ਜਨਮਾਂ ਤੋਂ ਇਹ ਮਿਹਨਤ ਨਾ ਨਾ ਕਰੇ ਇਹ ਹਫ਼ਤਾ ਨਾ ਮਿਹਨਤ ਕਰੇ ਹੁਣ ਤੱਕ ਸਾਡੇ ਕੋਲ ਸਭ ਤੋਂ ਬਹੁਤ ਹੀ ਮਿਹਨਤ ਵੀ ਦਾ ਵੱਡੇ ਜੇ ਮਿਹਨਤ ਨਾ ਕਰੇ ਤੇ ਮਤਲਬ ਇਹ ਹਫ਼ਤਾ ਨਾ ਕਰੇ ਇਹ ਤੇ ਮੈਨੂੰ ਲੱਪਾਂ ਨਹੀਂ ਡਿੱਗਦਾ ਫਿਰ ਇਹ ਮਿਹਨਤ ਦੇ ਸਿਰ ਤੇ ਕੁਛ ਵੀ ਨਹੀਂ ਹੁੰਦੇ ਉਹਨਾਂ ਨੇ ਮਿਹਨਤ ਨਹੀਂ ਇੰਨੀ ਮਿਹਨਤ ਕੀਤੀ ਭਾਈ ਘੱਟ ਬੰਦੇ ਨੇ ਕੀਤੀ ਹੈ ਮਤਲਬ ਇਹ ਅੰਜ ਦਾ ਉੱਤੇ ਲਾਇਆ ਹੁੰਦਾ ਸੀ ਵੀ ਬੰਦੇ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਨਾ ਮਿਹਨਤ ਕਰਿਆ ਕਰ ਫਿਰ ਤੁਹਾਡੇ ਵਰਗਾ ਹੁੰਦਾ ਐਵੇਂ ਫਾਇਦਾ ਨਹੀਂ ਵੀ ਇਹਨੂੰ ਇੱਦਾਂ ਵੀ ਬੰਦੇ ਕਹਿੰਦੇ ਇੰਜਰੀ ਹੋਈ ਆ ਹੁਣ ਅੱਲਾ ਖੈਰ ਕਰੇ ਸੈੱਟ ਹੋ ਜਾਣਗੇ ਗੋਡੇ ਤੇ ਸੜ ਜੀ ਲੱਗਣੀ ਜ਼ਿਆਦਾ ਜੀ ਕਦੀ ਕਿਤੇ ਠੀਰ ਕਰ ਦਿੰਦਾ ਕੋਈ ਸਾਈ ਵਾਲੇ ਤੇ ਲੀਵ ਹੋਈ ਮੈਂ ਉੱਥੇ ਕੈਂਪ 'ਚ ਸੀ ਇਹਨੂੰ ਨਾ ਕੋਈ ਟੀਮ ਵਾਲੇ ਖਿਡਾਉਣ ਨਾ ਇਹ ਹੁਣ ਦਿਨ ਤੇ ਹੁੰਦਾ ਹਰ ਬੰਦੇ ਦਾ ਵੀ ਵੱਡਾ ਮੈਚ ਆ ਇਹਨੇ ਕਿਹਾ ਪੱਠਿਆ ਵੀ ਮੈਚ ਮੈਂ ਕਿਹਾ ਮੈਚ ਇੱਕ ਟੀਮ ਵਾਲੇ ਮੈਨੂੰ ਕਹਿੰਦੇ ਆ ਅਤੇ ਮੈਂ ਤੈਨੂੰ ਭੇਜਣਾ ਉਹ ਸਲਾਹ ਨੇ ਵੀ ਢਿੱਲੀ ਦੀ ਟੀਮ ਸੀ ਮੈਂ ਇਹਨੂੰ ਭੇਜ ਦਿੱਤਾ ਅਲੀ ਸ਼ਾਹ ਦੀ ਟੀਮ ਵੱਲੋਂ ਭੇਜ ਦਿੱਤਾ ਅਲੀ ਸ਼ਾਹ ਦੀ ਟੀਮ ਵੱਲੋਂ ਭੇਜ ਦਿੱਤਾ ਫੱਟੀ ਦੇ ਭਾਜੀ ਤਾਂ ਖੜਿਆ ਨਾ ਜਾਵੇ ਭਾਈ ਸ਼ਾਹ ਦਾ ਬਾਅਦ ਮੈਨੂੰ ਗੱਲਾਂ ਮਾਰ ਦਿੱਤਾ ਉਹ ਤੂੰ ਇਹਨੂੰ ਕਿੱਧਰ ਦੇ ਦਿੱਤਾ ਇਹ ਕੁੜੀ ਆ ਸਾਨੂੰ ਹੀ ਤੰਗ ਕਰੀ ਜਾ ਰਹੇ ਵੀ ਇੱਦਾਂ ਹੋ ਜਾਂਦਾ ਕਦੀ ਫਿਰ ਸਾਡੀ ਬਾਬਾ ਦੀ ਆਦਤ ਕਰ ਦਿੰਦਾ ਫੱਟੀ ਤੇ ਫਿਰ ਬਾਕੀ ਉਂਗਲੀ ਤਾਂ ਹੀ ਰਹਿੰਦੀ ਹੈ ਉਂਗਲੀ ਵੀ ਨਵਾਂ ਜਾਤੀ ਦੇ ਵੈਸੇ ਟਰ ਜਾਂਦਾ ਪਤਾ ਨਹੀਂ ਫੱਟੀ ਪਸੌਲ ਕੱਢਾ ਬੜੀ ਸਕਦੀ ਲੀਡਰ ਬੰਦੇ ਨੂੰ ਥੋੜੀ ਤੰਗੀ ਹੁੰਦੀ ਪਰ ਬੜੀ ਗੱਲ ਜਿਹੜੇ ਬੰਦੇ ਗੋਗੋ ਬੰਦੀ ਕੋਈ ਹੈਗੀ ਉਹਦੇ ਨਾ ਬੜੀ ਗੱਲ ਤੇ ਤੁਸੀਂ ਮਾਸ਼ਾਅੱਲਾ ਬੜੇ ਟੂਰਨਾਮੈਂਟ ਖੇਡੇ ਆ ਨੈਸ਼ਨਲ ਦੇ ਵਿੱਚ ਜਿਵੇਂ ਰੋਲ ਸਰਕਾਰੀ ਬਹੁਤ ਸਖਤ ਹੁੰਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਸਭ ਤੋਂ ਪਿਆਰਾ ਇੰਤਜ਼ਾਮ ਕਿਹੜੇ ਟੂਰਨਾਮੈਂਟ ਦਾ ਲੱਗਾ ਮੈਨੂੰ ਗੋਗੋ ਮੰਡੀ ਇੱਕ ਮਿਆਣੀ ਟੂਰਨਾਮੈਂਟ ਹੁੰਦਾ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਮਿਆਣੀ ਵਾਲੇ ਨੇ ਲੈ ਲੈ ਫਿਰ ਇੱਕ ਸ਼ਾਹਕੋਟ ਮੈਚ ਹੁੰਦਾ ਜੀ ਇਹ ਵੀ ਤੂੰ ਕਿਹੜਾ ਪਿੰਡ ਬਰਾਲ ਗੁਜਰਦੇ ਪਿੰਡ ਹੈ ਸਭ ਤੋਂ ਵਧੀਆ ਮੈਚ ਬਾਬਾ ਚੱਕ ਦਾ ਮੈਨੂੰ ਲੱਗਦਾ ਗੋਗੋ ਮੰਡੀ ਵਾਲਾ ਲੱਗਦਾ ਮਿਆਣੀ ਵਾਲਾ ਲੱਗਦਾ ਜਿਹੜਾ ਡਿਜਪੋਰਟ ਭਾਈ ਲੱਕੀ ਕਰਾਈ ਆ ਕੇ ਕਰਾਉਂਦੇ ਆ ਉਹ ਟੂਰਨਾਮੈਂਟ ਇਹ ਟੂਰਨਾਮੈਂਟਾਂ ਦਾ ਜਿਹੜਾ ਵਧੀਆ ਹੀ ਸੂਲ ਹੈ ਕਿ ਚੰਗੇ ਮੈਚ ਮਿਆਣੀ ਵਾਲਾ ਟੂਰਨਾਮੈਂਟ ਬਹੁਤ ਫਿੱਟ ਆ ਗਰਾਊਂਡ ਬੜੀ ਪਰਫੈਕਟ ਲਾਉਂਦੇ ਆ ਕਈ ਬੰਦੇ ਉਹ ਬੜਾ ਬੜਾ ਖਰਚਾ ਕਰ ਲੈਂਦੇ ਲੇਕਿਨ ਉਹਨਾਂ ਨੂੰ ਗਰਾਊਂਡ ਦਾ ਹੀ ਨਹੀਂ ਪਤਾ ਵੀ ਗਰਾਊਂਡ ਕਹਿੰਦੇ ਦੀ ਬਣਾਉਣੀ ਆ ਲੇਕਿਨ ਮੈਂ ਮਿਆਣੀ ਜਦੋਂ ਵੀ ਖੇਡਿਆ ਨਾ ਉਹਨਾਂ ਬੰਦੇ ਬੜੀ ਵਧੀਆ ਗਰਾਊਂਡ ਬਣਾਉਂਦੇ ਆ ਫਿਰ ਉਹ ਸ਼ਾਹਕੋਟ ਜਿਹੜਾ ਤੁਹਾਨੂੰ ਦੱਸਿਆ ਬਾਬਾ ਜਾਪੂ ਉਹ ਬਹੁਤ ਚੰਗੇ ਮੈਚ ਕਰਾਉਂਦੇ ਪਾਣੀ ਨਹੀਂ ਪੀਣ ਦਿੰਦੇ ਬੜੇ ਸਖਤ ਤੇ ਹੁਣ ਤੱਕ ਕਿੰਨੇ ਮਾਨਸਮਾਨ ਆਏ
ਸਰ ਇਮਰਾਨ ਪਰ ਵੀ ਉਹਨਾਂ ਨੇ ਆਪਣੀ ਬੰਦ ਨਾਲ ਹੀ ਕੀਤਾ ਜੀ ਵਸੀਮ ਭਾਈ ਆਪਾਂ ਕਦੀ ਕਿਸੇ ਪ੍ਰਮੋਟਰ ਨੂੰ ਜੇ ਪਲੇਅਰ ਇੰਜ ਵੀ ਕਰਦੇ ਆ ਉਹਨੇ ਕਹਿੰਦੇ ਮੈਂ ਤੇਰੇ ਕਲੱਬ 'ਚ ਤਾਂ ਆਉਣਾ ਮੈਂ ਆਪਾਂ ਸਾਡਾ ਤਾਂ ਮੈਂ ਮਾਨ ਸਮਾਨ ਹੀ ਤਾਂ ਕਰ ਦਿੱਤਾ ਵੀ ਯਾਰ ਤੁਸੀਂ ਮੇਰੀ ਕੋਈ ਡਿਮਾਂਡ ਹੀ ਨਹੀਂ ਕੀਤੀ ਚਲੋ ਤਾਂ ਕਰ ਦਿੰਦੀ ਅਤੇ ਪਸੰਦੀਦਾ ਕਮੈਂਟੇਟਰ ਕਿਹੜਾ ਆਪਣਾ ਪਸੰਦੀਦਾ ਕਮੈਂਟੇਟਰ ਹਾਫ ਵਜੇ ਹੁੰਦਾ ਸੀ ਪਹਿਲੇ ਹਾਫ ਵਜੇ ਆਉਂਦੀ ਹੁਣ ਖੁੱਲ੍ਹੀ ਗੋਡੀ ਦੇ ਬਹੁਤ ਸਿਰ ਹੋ ਗਿਆ ਆਪਣੇ ਇਲਾਕੇ ਜਾਂਦਾ ਸੀ ਫਿਰ ਜਾਦ ਭਾਰਤ ਹੈ ਜੀ ਉਹਦੀ ਟਮਿੰਟਰੀ ਵਧੀਆ ਲੱਗ ਰਹੀ ਆ ਬਹੁਤਾ ਮੈਨੂੰ ਉਹੀ ਕਮੈਂਟੇਟਰ ਪਸੰਦ ਹੈ ਜਿਹੜਾ ਪਲੇਅਰ ਦੇ ਬਾਰੇ ਬਹੁਤੀ ਗੱਲ ਕਰੇ ਉਹੀ ਕਮੈਂਟੇਟਰ ਵਧੀਆ ਆਉਂਦਾ ਨਹੀਂ ਭਾਈ ਕਮੈਂਟੇਟਰ ਹੈਗੇ ਐਸੇ ਵੀ ਜਿਹੜੇ ਨਹੀਂ ਇੱਦਾਂ ਚੰਗਾ ਨਹੀਂ ਬੋਲਦੇ ਲੇਕਿਨ ਜਾਦ ਭਾਰਤ ਫਿਰ ਵੀ ਕਮ ਅਜ਼ ਕਮ ਉਦੋਂ ਤਾਂ ਤੁਸੀਂ ਪਲੇਅਰ ਦੀ ਗੱਲ ਕਰੋ ਨਾ ਜਦੋਂ ਹੀਟਰ ਗੁੱਤਿਆਂ ਤੋਂ ਤੁਰ ਪੈਂਦਾ ਕਈ ਕਮੈਂਟਰ ਐਸੇ ਆ ਸਾਈ ਉਧਰੋਂ ਸਾਹ ਪਾ ਕੇ ਆ ਜਾਂਦਾ ਉਹ ਇੱਧਰ ਮਤਲਬ ਪਿੰਡ ਦੀ ਗੱਲ ਹੀ ਸੁਣਾਈ ਜਾਂਦੇ ਆ ਜੀ ਜਦੋਂ ਫਲਾਣਾ ਇੰਨਾ ਪੈਸੇ ਦੇ ਗਿਆ ਇੱਦਾਂ ਹੋ ਗਿਆ ਅਤੇ ਉਹ ਕਮੈਂਟੇਟਰਾਂ ਨੂੰ ਚਾਹੀਦਾ ਤਾਂ ਥੋੜ੍ਹਾ ਖਿਆਲ ਕਰਨਾ ਬਾਕੀ ਤੀਜੀ ਇਹ ਨਹੀਂ ਤਰੀਕਾ ਰਹੀ ਦਿੱਲਾ ਭੱਟੀ ਮੈਂ ਬਹੁਤ ਚੰਗਾ ਬੋਲਦਾ ਉਹਦੇ ਅੱਛਾ ਤੁਸੀਂ ਕਾਫੀ ਮੈਚ ਖੇਡਦੇ ਹੋ ਗਰਾਊਂਡਾਂ 'ਚ ਜਾ ਕੇ ਅਜੇ ਤੱਕ ਤੁਹਾਨੂੰ ਕੋਈ ਲੱਗਦਾ ਵੀ ਇੰਨੀ ਤੁਸੀਂ ਕਬੱਡੀ ਖੇਡੀ ਵੀ ਆ ਵੀ ਅਜੇ ਕਬੱਡੀ ਦੇ ਵਿੱਚ ਜਾਂ ਇੰਤਜ਼ਾਮ ਦੇ ਵਿੱਚ ਜਾਂ ਕਿੰਨੀ ਕੁ ਕਮੀ ਹੈਗੀ ਵੀ ਆਹ ਹੋਣੀ ਚਾਹੀਦੀ ਸੋਰੀ ਵੀ ਤਕਰੀਬਨ ਸਾਰਾ ਕੰਮ ਠੀਕ ਆ ਇੱਕ ਹੀ ਥੋੜ੍ਹੀ ਮੈਨੂੰ ਜ਼ਿਆਦੀ ਲੱਗਦੀ ਹੈ ਜੀ ਜਿਹੜੀ ਰੈਫਰੀ ਨਾਲ ਨਾ ਪਾਕਿਸਤਾਨ 'ਚ ਅਕਸਰ ਬੰਦੇ ਧੱਕਾ ਕਰ ਦਿੰਦੇ ਅਕਸਰ ਇਹੀ ਪਲੇਅਰ ਕਰ ਦਿੰਦੇ ਆ ਕਿ ਰੈਫਰੀ ਵਿਚਾਰੇ ਬਹੁਤੇ ਮਾੜੇ ਬੰਦੇ ਹੀ ਹੈ ਉਹ ਨਹੀਂ ਅੱਗੋਂ ਕੁਛ ਕਰ ਵੀ ਨਹੀਂ ਸਕਦੇ ਇਹੀ ਮੈਨੂੰ ਦੁੱਖ ਆ ਜੀ ਵੀ ਯਾਰ ਇਹ ਨਹੀਂ ਵੀ ਜੇ ਕੋਈ ਮਾੜਾ ਬੰਦਾ ਤੁਸੀਂ ਉਹਦੇ ਵਿੱਚ ਚੜ੍ਹਾਈ ਕਰ ਦਿਓ ਇਹੀ ਮੈਨੂੰ ਆਈ ਟਾਈਮ ਕਬੱਡੀ 'ਚ ਨਾ ਇੱਕ ਪਾਕਿਸਤਾਨੀ ਕਬੱਡੀ 'ਚ ਇਹ ਮੈਨੂੰ ਥੋੜ੍ਹਾ ਮਾੜਾ ਕੰਮ ਲੱਗਾ ਕਈ ਮੈਚਾਂ 'ਤੇ ਤੁਸੀਂ ਦੇਖਿਆ ਹੋਣਾ ਭਾਈ ਸਾਈਆਂ ਨੇ ਜਾਂ ਜਵਾਬੀਆਂ ਨੇ ਰੈਫਰੀ ਨੂੰ ਦਿੱਤਾ ਕਿ ਉਹਨੇ ਧੱਕੇ ਮਾਰੇ ਥੱਪੜੇ ਮਾਰ ਇਹ ਮੈਨੂੰ ਜ਼ਿਆਦੀ ਲੱਗਦੀ ਕਬੱਡੀ 'ਚ ਸਾਡਾ ਵੀ ਨੰਬਰ ਗਲਤ ਦੇ ਹੋ ਜਾਂਦਾ ਮੈਂ ਵੀ ਰੈਫਰੀ ਨੇ ਕਈ ਵਾਰੀ ਬਹਿਸ ਦੀ ਹੱਦ ਤਾਈ ਤੁਸੀਂ ਠੀਕ ਆ ਤੁਸੀਂ ਆਪਣੇ ਨੰਬਰ 'ਤੇ ਕਰਦਾ ਬਹਿਨ ਪਤਾ ਇਹ ਤਾਂ ਨਹੀਂ ਨਾ ਯਾਰ ਵੀ ਤੁਸੀਂ ਹੋਰ ਹੈਪੀ ਪੈ ਜਾਓ ਅਤੇ ਮੈਨੂੰ ਉਦੋਂ ਬੜਾ ਦੁੱਖ ਆਉਂਦਾ ਭਾਈ ਰੈਫਰੀ ਉੱਤੋਂ ਫਿਰ ਚਲੇ ਉਹ ਵੀ ਬੜਾ ਮਾਸੂਮ ਜਿਹਾ ਬਣਾ ਲੈਂਦੇ ਆ ਬਈ ਇਹੀ ਮੈਨੂੰ ਮਾੜਾ ਲੱਗਾ ਪਲੇਅਰਾਂ ਨੂੰ ਚਾਹੀਦਾ ਕਿ ਯਾਰ ਜੇ ਨੰਬਰ ਗਲਤੀ ਹੋ ਗਈ ਤੁਸੀਂ ਰੀਵਿਊ ਰੱਖੋ ਕਮੇਟੀ ਨੂੰ ਚਾਹੀਦਾ ਇਹ ਕਮੇਟੀ ਤਾਂ ਬਣਦਾ ਭਾਈ ਕਮੇਟੀ ਹੁਣ ਜਿਹੜਾ ਬੰਦਾ ਮੈਚ ਕਰਾਉਂਦਾ ਉਹ ਮਾੜਾ ਬੰਦਾ ਤਾਂ ਨਹੀਂ ਹੁੰਦਾ ਜੋ ਇੱਕ ਵਾਰੀ ਕਮੇਟੀ ਐਲਾਨ ਕਰਕੇ ਕਹਿ ਦੇਵੇ ਕਿ ਵੀ ਭਾਈ ਰੈਫਰੀ ਨੂੰ ਕੋਈ ਬੰਦਾ ਐਵੇਂ ਮਤਲਬ ਮਾੜਾ ਸਮੇਂ ਕਿ ਇਹਨੂੰ ਹੱਥ ਨਾ ਪਾਵੇ ਅਸੀਂ ਇਹਦੇ ਨਾਲ ਅਤੇ ਜਿਹੜੇ ਨੇ ਰੈਫਰੀ ਨਾਲ ਬਾਤ ਨਹੀਂ ਕੀਤੀ ਉਹ ਆਪਣਾ ਅੰਜਾਮ ਦਾ ਜ਼ਿੰਮੇਦਾਰ ਹੋਏਗਾ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੈ ਰੈਫਰੀ ਨਾਲ ਵਾਧਾ ਕਰੇ ਪਾਕਿਸਤਾਨ ਅਸੀਂ ਇੰਡੀਆ ਦੇ ਵਿੱਚ ਵੀ ਦੇਖੀ ਦੀ ਆ ਬਾਹਰ ਯੂਰਪ ਦੇ ਵਿੱਚ ਵੀ ਪੂਰੀ ਦੁਨੀਆ 'ਚ ਕਬੱਡੀ ਦੇਖੀ ਦੀ ਆ ਲੇਕਿਨ ਬਿਲਕੁਲ ਰੈਫਰੀ ਜੋ ਕਹਿ ਤਾਂ ਕੋਈ ਦੁਖੀ ਆ ਅੱਛਾ ਬਹੁਤਾ ਡਾਊਟ ਹੈ ਤੁਸੀਂ ਰਿਵਿਊ ਲੈ ਲਓ ਰਿਵਿਊ ਕਮੇਟੀ ਨੂੰ ਰੱਖਣਾ ਚਾਹੀਦਾ ਨਾ ਇਸ ਕਮੇਟੀ ਦੀ ਵਜ੍ਹਾ ਤੋਂ ਰੈਫਰੀ ਨਾਲ ਜਾਤੀ ਪਰ ਫਿਰ ਵੀ ਅਸੀਂ ਦੇਖਿਆ ਵੀ ਰੇਡਰ ਆਪਣਾ ਆਪਣੀ ਪੂਰੀ ਗੇਮ ਨੂੰ ਪੂਰਾ ਵਿਖਾ ਕੇ ਆਉਂਦਾ ਉਹ ਟੈਚ ਡਬਲ ਦੇ ਦਿੱਤਾ ਠੀਕ ਹੈ ਨਹੀਂ ਦਿੱਤਾ ਤੁਸੀਂ ਆਪਣੀ ਗੇਮ ਪੂਰੀ ਵਿਖਾਉਣੀ ਹੈ ਟੈਚ ਡਬਲ ਟੈਚ ਵਾਲਾ ਕਿ ਸਾਡੇ ਪਾਕਿਸਤਾਨ 'ਚ ਬੜਾ ਇਹ ਸਿਸਟਮ ਖਰਾਬ ਆ ਹਾਲਾਂਕਿ ਪੂਰੀ ਦੁਨੀਆ 'ਤੇ ਕਿਤੇ ਨਹੀਂ ਹੈ ਸਾਰੇ ਪਾਕਿਸਤਾਨ 'ਚੋਂ ਵੀ ਇਹ ਵੀ ਹੁਣ ਜਿਹਾ ਹੀ ਚੱਲਿਆ ਪਹਿਲੇ ਨਹੀਂ ਸੀ ਹੁੰਦਾ ਪਾਕਿਸਤਾਨ ਵੀ ਉਹ ਜੀ ਸਾਰੀ ਨੇ ਡਬਲ ਟੱਚ ਕਰਨੇ ਆ ਇਹ ਕੋਈ ਰੂਲ ਨਹੀਂ ਇੰਡੀਆ ਦੇ ਵਿੱਚ ਇਹ ਰੂਲ ਲਿੱਤਾ ਵਾ ਵੀ ਜੇ ਵਸੀਮ ਤੂੰ ਜਾਪੀ ਕਰਦਾ ਤੂੰ ਮੈਨੂੰ ਪਿਛੋਂ ਹੱਥ ਲਾਇਆ ਮੇਰਾ ਅੱਗੇ ਲੱਗ ਗਿਆ ਅਤੇ ਤੂੰ ਪਹਿਲੇ ਲਾਇਆ ਉਹ ਕਹਿੰਦਾ ਠੀਕ ਆ ਤੂੰ ਗਾੜੀ ਹੋਇਆ ਮੇਰੇ ਅਗਲੀ ਸਾਈਡ 'ਤੇ ਆ ਜਾ ਆ ਦੇਖੀ ਨਾ ਇੰਡੀਆ ਦੇ ਮੈਚ 'ਚ ਇੱਦਾਂ ਦਾ ਨੰਬਰ ਹੈ ਹੀ ਨਹੀਂ ਅੱਧਾ ਰੌਲਾ ਦੁਬਾਰਾ ਦੇ ਵਿੱਚ ਇਹ ਆ ਕਿਉਂ ਜੀ ਮੈਂ ਪਿੱਛੋਂ ਲਾਇਆ ਜੀ ਪਹਿਲੇ ਇਹਨੇ ਅੱਗੇ ਲਾ ਲਿਆ ਜੀ ਵੀ ਤੂੰ ਪਿੱਛੋਂ ਲਾਇਆ ਬਸ ਤੂੰ ਅੱਗੇ ਹੋ ਜਾ ਬੈਨੀਫਿਟ ਤੁਸੀਂ ਬਾਹਰ ਜਾ ਕੇ ਖੇਡਿਓ ਮੈਚ ਤੁਹਾਨੂੰ ਲੱਗਦਾ ਵੀ ਇਹ ਫਰਕ ਪਾਕਿਸਤਾਨ 'ਚ ਅਤੇ ਇੰਡੀਆ 'ਚ ਉੱਥੇ ਇਹਨਾਂ ਲੈਣ ਵਾਲਾ ਬਾਹਰ ਲੈ ਰਹਾ ਬੰਦੇ ਵੀ ਜਾਪੀਆਂ ਬੜਿਆ ਪਤਾ ਚਲੋ ਬਾਹਰ ਲੈ ਜਾਓ ਘੀ ਸਮੂਹ ਕੇ ਅੱਛਾ ਚਲਵਾ ਦਿੰਦੇ ਮਾੜੇ ਜਾਪੀ ਦਾ ਮੱਛੂ ਵਾਲਾ ਕਮੇਟਾ ਨਹੀਂ ਲਾਉਂਗੇ ਉਹ ਹੱਥ ਉੱਤੇ ਲਾ ਦਿੰਦੇ ਬਾਹਰ ਬਾਹਰ ਇਹ ਚੀਜ਼ ਨਹੀਂ ਹੈ ਬਾਹਰ ਆਪਣੇ ਤੋਂ ਅਲੱਗਾ ਕਰਕੇ ਬਾਹਰ ਕੱਢਣਾ ਲੈਣ ਹੈ ਨਾ ਪੈਗ ਲੈਣ ਭਾਰਤ ਨੂੰ ਮੈਂ ਫੜਿਆ ਇਹਨੇ ਮੈਨੂੰ ਅਲੱਗਾ ਕਰਕੇ ਆਪਣੇ ਤੋਂ ਸੁੱਟਣਾ ਬਾਹਰ ਫਿਰ ਨੰਬਰ ਇਹਦਾ ਆ ਬੋਡੀ ਤਾਂ ਤੁਸੀਂ ਲੈਦਾ ਹੋਣਾ ਫਿਰ ਤੁਹਾਡਾ ਫਿਰ ਮੈਂ ਕਹਿੰਦਾ ਮੈਂ ਪੁੱਛਿਆ ਨਹੀਂ ਕਦੇ ਇੰਡੀਆ ਵਾਲਿਆਂ ਨੇ ਲੇਕਿਨ ਮੈਂ ਇੱਦਾਂ ਫੀਲ ਕੀਤਾ ਵੀ ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਬਿਜ਼ਤੀ ਸਮਝੀ ਜਾਂਦੀ ਹੈ ਵੀ ਜੇ ਤੁਸੀਂ ਮੈਂ ਬਾਹਰ ਨਹੀਂ ਕਰਦੇ ਤੂੰ ਕੇ ਅਗਲੇ ਬੰਦੇ ਨੂੰ ਬਾਹਰ ਕਰ ਦੋ ਠੀਕ ਹੈ ਜੀ ਅਸੀਂ ਮਾਸ਼ਾਅੱਲਾ ਆਏ ਅਤੇ ਬਹੁਤ ਲੱਗਣ ਲੱਗੀਆਂ ਭਰਾਵਾਂ ਨਾਲ ਬਹੁਤ ਸਾਨੂੰ ਮਜ਼ਾ ਆਇਆ ਅਤੇ ਅਸੀਂ ਹੁਣ ਜਾ ਸਕਦੇ ਨਾ ਤੁਹਾਡੇ ਕੋਲ ਅਤੇ ਸਾਨੂੰ ਭਰਾਵਾਂ ਨੇ ਬਹੁਤ ਅੱਛਾ ਟਾਈਮ ਦਿੱਤਾ ਮਿਹਰਬਾਨੀ ਹੈ ਭਾਈ ਵੀਰ ਭੱਟੀ ਵੀ ਆ ਰਾਣਾ ਤੀ ਆ ਨਫੀਸ ਗੁਜਰ ਸਾਹਿਬ ਇਹਨਾਂ ਦੀਆਂ ਮਹੱਤਵ ਭਾਈ ਕਿ ਸਾਨੂੰ ਇਹਨਾਂ ਨੇ ਬੜਾ ਟਾਈਮ ਦਿੱਤਾ ਅਤੇ ਸ਼ੁਕਰੀਆ ਅਸੀਂ ਬਸ ਨੂੰ ਹਨੇਰਾ ਹੋ ਗਿਆ ਵਾ ਚਲੋ ਠੀਕ ਹੋ ਇਨਸ਼ਾਅੱਲਾ ਠੀਕ ਹੋ ਗਿਆ